ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦਰਸ਼ਨ ਦੁਤਾਲ ਤੇ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਵੱਖ-ਵੱਖ ਸਮੇਂ ਤੇ ਵੱਖ-ਵੱਖ ਸਖਸ਼ੀਤਾਂ ਨਾਲ ਮਲਾਉਂਦੇ ਰਹਿੰਨੇ ਆ ਪਰ ਅੱਜ ਜਿਹੜੀ ਸਾਡੇ ਨਾਲ ਸਖਸ਼ੀਤ ਮੌਜੂਦ ਨੇ ਇਹਨਾਂ ਦੀ ਸੀ ਤੁਹਾਡੇ ਨਾਲ ਤਕਰੀਬਨ ਮਹੀਨਾ ਡੇਢ ਮਹੀਨਾ ਪਹਿਲਾਂ ਮੁਲਾਕਾਤ ਕਰਵਾਈ ਸੀਗੀ ਤੇ ਤੁਸੀਂ ਉਹਨਾਂ ਨੂੰ ਪਿਆਰ ਵੀ ਬਹੁਤ ਦਿੱਤਾ ਹੈਗਾ ਤੇ ਸਾਡੇ ਨਾਲ ਅੱਜ ਬਾਜ ਸਿੰਘ ਬਾਜ ਨੇ ਤੇ ਉਹਨਾਂ ਦੇ ਨਾਲ ਸੁਖਵਿੰਦਰ ਸੁਖੀ ਵੀ ਨੇ ਤੇ ਤੁਸੀਂ ਉਹਨਾਂ ਦੀ ਇੰਟਰਵਿਊ ਸੁਣੀ ਤੇ ਉਹਨੂੰ ਬਹੁਤ ਜ਼ਿਆਦਾ ਪਿਆਰ ਵੀ ਦਿੱਤਾ ਸੀਗਾ ਬਾਜ ਬਾਈ ਦੀ ਨੂੰ ਤੇ ਉਹਨਾਂ ਨੂੰ ਜਨ ਕਿ ਜਿਹੜੇ ਉਹਨਾਂ ਦੇ ਹੌਂਸਲੇ ਟੁੱਟੇ ਹੋਏ ਸੀ ਉਹਦੇ ਵਾਸਤੇ ਤੁਸੀਂ ਜਾਨੀ ਕਿ ਉਹਨਾਂ ਨੂੰ ਬਹੁਤ ਐਪਰੀਸ਼ੀਏਟ ਕੀਤਾ ਉਹ ਮੁੜ ਤੋਂ ਖੜੇ ਹੋਏ ਨੇਗੇ ਬਾਜ ਆਪਾਂ ਜਿਵੇਂ ਕਹਿੰਦੇ ਸੀ ਵੀ ਬਾਜ ਉਹ ਡਾਰੀਆਂ ਮਾਰਨ ਵਾਸਤੇ ਤਿਆਰ ਹੈ ਅੱਜ ਉਹ ਦੋਨੇ ਸੁਖਵਿੰਦਰ ਸੁਖੀ ਜੀ ਵੀ ਤੇ ਬਾਜ ਸਿੰਘ ਬਾ ਸਾਡੇ ਨਾਲ ਮੌਜੂਦ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਉਹ ਜਿਹੜੀ ਉਹਨਾਂ ਨੂੰ ਹੁਣ ਜਾਨੀ ਕਿ ਇਹਨਾਂ ਦੇ ਕਿੱਦਾਂ ਦੇ ਹਾਲਾਤ ਬਦਲੇ ਨੇ ਕੋਈ ਜਿਹਾ ਕੀ ਕੁਛ ਜ਼ਿੰਦਗੀ 'ਚ ਨਵਾਂ ਹੋਇਆਗਾ ਹਾਂਜੀ ਸਾਸ਼ੀ ਕਾਲ ਜੀ ਪਹਿਲਾਂ ਤਾਂ ਤੁਹਾਨੂੰ ਦੋਨਾਂ ਨੂੰ ਸਾਸ਼ੀ ਕਾਲ ਜੀ ਸਾਸ਼ੀ ਕਾਲ ਦਰਸ਼ਨ ਜੀ ਹੋਰ ਸੁਣਾਓ ਕੀ ਹਾਲ ਨੇ ਠੀਕ ਠਾਕ ਜੀ ਹਾਂਜੀ ਵਾਗੋ ਬਾਗ ਹਾਂਜੀ ਵਧੀਆ ਵਧੀਆ ਤੁਹਾਡਾ ਧੰਨ टीवी दी स्क्रीन ਤੇ ਲੈ ਕੇ ਆਇਆ ਬਹੁਤ ਬਹੁਤ ਧੰਨਵਾਦ ਆਈ ਤੁਹਾਡਾ ਹਾਂਜੀ ਤੁਹਾਡਾ ਵੀ ਧੰਨਵਾਦ ਆਈ ਬਸ ਸასიਖਾਲ ਜੀ ਸਾਰੇ ਸਰੋਤਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸასიਖਾਲ ਆ ਤੁਹਾਡਾ ਵੀ ਬਹੁਤ ਸ਼ੁਕਰੀਆ ਦਾ ਕਰਦੇ ਆਂ ਸਾਹ ਚੈਨਲ ਆ ਲੈੰਦਾ ਤੇ ਜਿਨ੍ਹਾਂ ਨੇ ਬਾਸ ਸਿੰਘ ਬਾਜ ਨੂੰ ਬਹੁਤ ਅੱਗੇ ਲੈ ਕੇ ਆਂਦਾ ਸਰੋਤਾਂ ਦੇ ਸਾਹਮਣੇ ਲੈ ਕੇ ਆਂਦਾ ਜੀ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਹਾਂਜੀ ਸਭ ਤੋਂ ਪਹਿਲਾਂ ਤਾਂ ਹੀ ਅੱਜ ਤੁਹਾਨੂੰ ਦੁਬਾਰਾ ਯਾਨੀ ਕਿ ਦੁਬਾਰਾ ਤੋਂ ਇਕੱਠਿਆਂ ਦੇਖ ਕੇ ਜੀ ਹਨਾ ਤੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਤੇ ਹਾਂਜੀ ਬਾਈ ਜੀ ਵੈਸੇ ਹੁਣ ਜਪਨੇ ਅੱਗੇ ਆਪਣੀ ਹੁਣ ਕੀ ਸਿਸਟਮ ਕਿਵੇਂ ਦੀ ਆਪਣੀਆਂ ਤਿਆਰੀਆਂ ਨੇ ਜੀ ਉਹ ਨਾਲੇ ਸਿਮਾ ਸਿਸਟਮ ਇਹ ਆ ਜੀ ਵੀ ਸਭ ਤੋਂ ਪਹਿਲਾਂ ਤਾਂ ਜੀ ਜਿਹੜੇ ਬਾਦ ਦੇਸਾਂ ਪ੍ਰਦੇਸ਼ਾਂ ਵਿੱਚ ਬੈਠੇ ਆ ਵੀਰ ਮੇਰੇ ਭਰਾ ਬਜ਼ੁਰਗ ਮੇਰੀਆਂ ਮਾਵਾ ਭੈਣਾ ਉਹਨਾਂ ਨੇ ਸਭ ਨੇ ਬਹੁਤ ਸਪੋਰਟ ਕੀਤੀ ਅਸੀਂ ਮੈਨੂੰ ਬੜੇ ਫੋਨ ਆ ਰਹੇ ਨੇ ਹੌਸਲੇ ਦਿੱਤੇ ਆ ਜੀ ਤੇ ਉਸ ਹੌਸਲੇ ਨਾਲ ਮੈਂ ਫਿਰ ਉਡਾਰੀ ਮਾਰਨ ਲੱਗਿਆ ਸੀ ਕੁਝ ਨਵਾਂ ਅਸੀਂ ਦੋਨੇ ਜਣੇ ਨਵੇਂ ਗੀਤ ਲੈ ਕੇ ਹਾਜ਼ਰ ਹੋ ਰਹੇ ਆ ਫੇਰ ਜੀ ਸਰੋਤਿਆਂ ਦੀ ਕਿਚਾਈ ਜਿਵੇਂ ਮੇਰੇ ਗੀਤਾਂ ਨੂੰ ਅੱਗੇ ਪਿਆਰ ਦਿੱਤਾ ਮੈਨੂੰ ਹੁਣ ਵੀ ਪੂਰਾ ਯਕੀਨ ਆ ਜਿੱਥੇ ਜਿੱਥੇ ਪੰਜਾਬੀ ਵਾਸਤੇ ਆ ਉਹ ਸਾਰੇ ਮੈਨੂੰ ਬਹੁਤ ਬਹੁਤ ਪਿਆਰ ਕਰਨਗੇ ਹਾਂਜੀ ਤੇ ਹੁਣ ਜਾਨੀ ਕਿ ਕੁਛ ਨਵਾਂ ਰਿਕਾਰਡ ਕੀਤਾ ਜੀ ਹਾਂਜੀ ਨਵਾਂ ਰਿਕਾਰਡ ਕਰਨਾ ਆਈ ਸੀ ਜੀ ਅਸੀਂ ਇੱਧਰ ਹਾਂਜੀ ਪਾਤਣਾ ਸਾੜੀ ਪਾਤਣਾ ਦੀ ਧਰਤੀ ਆ ਜੀ ਭਾਗਾਾਂ ਵਾਲੀ ਭਾਗਾਾਂ ਵਾਲੀ ਧਰਤੀ ਆ ਜੀ ਜਿਨੇ ਮੈਨੂੰ ਥੱਲੇ ਲੋਂ ਤੋਂ ਲੈ ਕੇ ਫੇਰ ਤਾਂ ਤੱਕ ਡਾਊਨ ਦੀ ਕੋਸ਼ਿਸ਼ ਪੂਰਾ ਕਾਮਯਾਬ ਕੀਤਾ ਹਾਂਜੀ ਆਪਾਂ ਅੱਗੇ ਯਾਨੀ ਕਿ ਇਹ ਗੱਲਬਾਤ ਸਾਰੀ ਕਰਾਂਗੇ ਤੁਹਾਡੇ ਪਿਛਲੇ ਕੈਰੀਅਰ ਬਾਰੇ ਵੀ ਗੱਲਬਾਤ ਕਰਾਂਗੇ ਗੀਤਾਂ ਬਾਰੇ ਵੀ ਗੱਲਬਾਤ ਕਰਾਂਗੇ ਜੀ ਪਰ ਪਹਿਲਾਂ ਤੁਸੀਂ ਕਿਸੇ ਨਾ ਯਾਨੀ ਕਿ ਆਪਣੇ ਜਿਹੜੀ ਮੁਲਾਕਾਤ ਦੀ ਸ਼ੁਰੂਆਤ ਹੈ ਜੀ ਉਹ ਤੁਹਾਡੇ ਦੋਨਾਂ ਦੇ ਕਿਸੇ ਵਧੀਆ ਜੇ ਗੀਤ ਤੋਂ ਕਰੋ ਜੀ ਠੀਕ ਹੈ ਠੀਕ ਹੈ ਜੀ ਵਧੀਆ ਗੀਤ ਤੋਂ ਕਰਦੇ ਹਾਂ ਗੀਤਾ ਇਹ ਸਾਡਾ ਉਹੀ ਸਾਨੂੰ ਜਿਹੜਾ ਸਾਨੂੰ ਲੈ ਕੇ ਸਾਡੀ ਜ਼ਿੰਦਗੀ ਦਾ ਹਾਂਜੀ ਉਹੀ ਗੀਤ ਵਧੀਆ ਜੀ ਉਹੀ ਗੀਤ ਸੁਣਾਉਣੇ ਅੱਜ ਅੱਗੇ ਮੈਂ ਇਕੱਲੇ ਨੇ ਸੁਣਾਇਆ ਸੀ ਤੇ ਹੁਣ ਅਸੀਂ ਦੋਨਾਂ ਨੇ ਸੁਣਾਵਾਂਗੇ ਹਾਂਜੀ ਜਰੂਰ ਜਰੂਰ ਜੀ ਹਾਂਜੀ ਹੋ ਲੱਗਦੀ ਤੂੰ ਮੱਕੀ ਦੀ ਛੱਲੀ ਨ ਇਕੱਲੇ ਦਸਕਦਰ ਨੂੰ ਚੱਲੀ ਮੇਰਾ ਦਿਲ ਤੇਰੇ ਤੇ ਆ ਗਿਆ ਮੈਂ ਤੈਨੂੰ ਗੱਲ ਸਮਝਾਵਾਂ ਨੀ ਆ ਬੈਠ ਬੁੜੀ ਦੇ ਤਾਂਗ ਤੇ ਤਨ ਸ਼ੇਰ ਕਰਾਵਾਂ ਨੀ ਆ ਬੈਠ ਬੁੜੀ ਦੇ ਤਾਂਗ ਤੇ ਤਨ ਸ਼ੇਰ ਕਰਾਵਾਂ ਨੀ ਕੀ ਕਹਿਣਾ ਬਾਬਾ ਮੈਨੂੰ ਵੀ ਪੂਰਾ ਸ਼ਰਮ ਨਹੀਂ ਹੈ ਤੈਨੂੰ ਕੀ ਕਹਿਣਾ ਬਾਬਾ ਮੈਨੂੰ ਵੀ ਪੂਰਾ ਸ਼ਰਮ ਨਹੀਂ ਹੈ ਤੈਨੂੰ ਹੱਥ ਧੋਕੇ ਪਿੱਛੇ ਪੈ ਗਿਆ ਮੈਂ تیرے ਪਿੰਡ ਚੋਂ ਲੰਗੀ ਵੀ ਬਾਬਾ ਮੈਂ تیرے ਟਾਂਗੇ ਤੂੰ ਪੈਦਲ ਹੀ ਚੰਗੀ ਵੀ ਬਾਬਾ ਮੈਂ ਤੇਰੀ ਟਾਂਗੀ ਤੂੰ ਪੈਦਲ ਹੀ ਚੰਗੀ ਵੀ ਉਹ ਜਦੋਂ ਸੌਣ ਮਹੀਨਾ ਚੜ ਜਾਂਦਾ ਤੇ ਮੁੱਲ ਪੈਂਦਾ ਬੁੱਢਿਆਂ ਪੇਪੜਾਂ ਦਾ ਹਾਈ ਚਿੱਟੀ ਦਾੜੀ ਨਾ ਵੇਖ ਕੇ ਝੂਰਾ ਐਵੇਂ ਨੀ ਕਾਲਾ ਦਿਲ ਵੀ ਹਜੇ ਹੈ ਮਿੱਤਰਾਂ ਦਾ ਉਹ ਮੈਨੂੰ ਬੱਲੀਏ ਬੁਢਾ ਨਾ ਜਾਣੀ ਨਖਾਦੀ ਮੈਂ ਖੁਰਾਕ ਪੁਰਾਣੀ ਤੇਰੀ ਜੋਵਨ ਭਰੀ ਜਬਾਨੀ ਮਹੱਥਾ ਤੇਟ ਕਾਮਾਨੀ ਆ ਬੈਠ ਬੁੜੀ ਦੀ टाੰਗੇ ਤੇ ਤਨ ਸ਼ੈਰ ਕਰਾਮਾਨੀ ਚਿੱਟੀ ਦਾੜੀ ਬਾਬਾ ਤੇਰੀ ਵੇ 18 ਸਾਲ ਮੇਰੇ ਹੈ ਮੇਰੀ ਚਿੱਟੀ ਦਾੜੀ ਬਾਬਾ ਤੇਰੀ ਵੇ 18 ਸਾਲ ਮੇਰੇ ਹੈ ਮੇਰੀ ਤੂੰ ਮਾਡਲ 47 ਹੁਣ ਕਬਰਾਂ ਵਿੱਚ ਮੰਜੀ ਵੀ ਬਾਬਾ ਮੈਂ ਤੇਰੇ टाੰਗੇ ਤੂੰ ਪੈਦਲ ਹੀ ਚੰਗੀ ਵੀ ਬਾਬਾ ਮੈਂ ਤੇਰੇ टाੰਗੇ ਤੂੰ ਪੈਦਲ ਹੀ ਚੰਗੀ ਵਾਹ ਜੀ ਵਾਹ ਹਾਂ ਜੀ ਦਰਸ਼ਕੋ ਇੱਕ ਗੱਲ ਤਾਂ ਤੁਸੀਂ ਯਾਨੀ ਕਿ ਜਿੱਦਣ ਆਪਾਂ ਵਾਈ ਜੀ ਦੇ ਇੰਟਰਵਿਊ ਕੀਤੀ ਸੀ ਤੁਹਾਨੂੰ ਉਦੋਂ ਪਤਾ ਲੱਗਿਆ ਹੋਣਾ ਸ਼ਾਇਦ ਵੀ ਯਾਨੀ ਕਿੜਾ ਟਾਂਗੇ ਵਾਲਾ ਗਾਣਾ ਬਾਜ ਸਿੰਘ ਬਾਜ ਇਹ ਨਹੀਂ ਕਿਉਂਕਿ ਵੀਡੀਓ ਵਿੱਚ ਨਾ ਕੁਝ ਹੋਰ ਹੀ ਵਿਖਾਇਆ ਗਿਆ ਸੀ ਹਨਾ ਉਹ ਬਜ਼ੁਰਗ ਵਿਖਾਇਆ ਗਿਆ ਸੀਗਾ ਤੇ ਉਦਾਂ ਹੀ ਸੁਖਵਿੰਦਰ ਸੁਖੀ ਜੀ ਦਾ ਵੀ ਤੁਹਾਨੂੰ ਅੱਜ ਪਤਾ ਲੱਗੂਗਾ ਵੀ ਯਾਨੀ ਕਿਹੜੀ ਆਵਾਜ਼ ਹੈ ਨਾ ਉਹ ਇਹਨਾਂ ਦੀ ਸੀਗੀ ਹਾਂ ਜੀ ਬਿਲਕੁਲ ਪਤਾ ਲੱਗਣਾ ਚਾਹੀਦਾ ਜੀ ਕਿਉਂਕਿ ਪਹਿਲਾ ਵੀਡੀਓ ਮਾਡਲ ਤੇ ਕੀਤੀ ਗਈ ਸੀ ਸਾਨੂੰ ਦਿਖਾਇਆ ਨਹੀਂ ਸੀਗਾ ਤੇ ਹੁਣ ਅਸੀਂ ਸਰੋਤਾਂ ਦੇ ਇਵਰ ਖੁਦ ਹੋ ਰਏ ਸਾਨੂੰ ਬਹੁਤ ਖੁਸ਼ੀ ਹੈ ਜੀ ਕਿ ਬਹੁਤ ਪਿਆਰ ਦੇਣਗੇ ਸਰੋਤੇ ਬਹੁਤ ਪਹਿਲਾਂ ਵੀ ਸਾਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਖੁੱਲੇ ਖਾੜੇ ਲਾਇਆ ਸੀ ਬਹੁਤ ਹੁਣ ਵੀ ਸਾਡੀ ਬੇਨਤੀ ਹੈ ਸਰੋਤਿਆਂ ਨੂੰ ਕਿ ਸਾਨੂੰ ਬਾਸ ਸਿੰਘ ਬਾਸ ਕੁਵਿੰਦਰ ਸੁੱਖੀ ਨੂੰ ਸਾਥ ਦੇਣਾ ਬਹੁਤ ਸਾਥ ਦੇ ਵੀ ਰਹੇ ਨੇ ਪਾਰੋਂ ਕੈਨੇਡਾ ਅਮਰੀਕਾ ਚ ਬਹੁਤ ਸਾਧਤ ਬਾਸ ਸਿੰਘ ਬਾਦਾ ਅਸੀਂ ਬਹੁਤ ਧੰਨਵਾਦੀ ਆ ਤੇ ਅੱਗੇ ਵੀ ਐਡੇ ਸਾਨੂੰ ਪਿਆਰ ਬਖਸ਼ੋ ਔਰ ਕੰਮ ਤੇ ਇੱਕ ਹੋਰ ਗੱਲ ਆਹੀ ਜੋ ਆਪਣੇ ਜਿਹੜੇ ਦਰਸ਼ਕ ਨੇ ਉਦੋਂ ਬਾਈ ਜੀ ਨੇ ਦੱਸਿਆ ਸੀਗਾ ਵੀ ਕੰਜਾਂ ਨੂੰ ਐਦਾਂ ਸੀਗਾ ਕਿ ਜਿਹੜਾ ਇਹ ਗੀਤ ਹੈ ਵੀ ਕਿਸੇ ਬਜ਼ੁਰਗ ਨੇ ਗਾਇਆ ਹੈਗਾ ਤੇ ਉਹਦੇ ਜਿਹੜੀ ਮਾਡਲ ਸੀ ਉਹ ਮੇਰੇ ਵਾਂਗੂ ਪਤਲੀ ਜੀ ਸੀ ਕਿਤੇ ਹੁਣ ਐਵੇਂ ਨਾ ਚੱਕਰ 'ਚ ਪੈ ਜਾਓ ਵੀ ਇਹ ਕਿੱਥੋਂ ਆ ਗਏ ਹੋਰ ਤਰ੍ਹਾਂ ਦੇ ਨਹੀਂ ਜੀ ਨਹੀਂ ਚਲੋ ਪਤਾ ਕੀ ਗੱਲ ਆ ਜੀ ਕੱਲਾ ਕੱਲਾ ਹੀ ਹੁੰਦਾ ਜੀ ਤੇ ਹੁਣ ਤਾਂ ਅਸੀਂ 11 ਹੋ ਗਏ ਅਜੀ ਫੇਰ ਬਥੇਰਾ ਚਲੋ ਕੋਸ਼ਿਸ਼ ਹੁੰਦੀ ਆ ਜੀ ਕਈ ਲੋਕ ਹੁੰਦੇ ਨੇ ਵੀ ਦੇਖ ਕੇ ਨਾ ਇਹ ਸੋਚਦੇ ਆ ਵੀ ਇਕੱਠੇ ਫੇਰ ਕਿਉਂ ਹੋਗੇ ਉਜੇ ਮੇ ਕਿਸੇ ਸ਼ਾਇਰੀ ਨੇ ਲਿਖਿਆ ਸੀ ਉਹ ਜਿੱਥੇ ਨਫ਼ਰਤ ਕਰਦੇ ਲੋਕ ਬੜੀ ਉਥੇ ਪਿਆਰ ਵੀ ਹੋਇਆ ਕਰਦੇ ਨੇ ਤੂਫਾਨ ਤੇ ਦਾਵਾ ਕਰਦਾ ਏ ਸਾਡੀ ਧੋਹ ਦੀ ਬੇੜੀ ਡੋਬਣ ਨੂੰ ਪਰ ਜੀ ਨੂੰ ਸਹਾਰਾ ਸੱਤ ਕਰਦਾ ਹੋ ਪਾਰ ਵੀ ਹੋਇਆ ਕਰਦੇ ਨੇ ਵਾਹ ਜੀ ਵਾਹ ਕਿਉਂਕਿ ਸਰੋਤੇ ਸਾਡੇ ਰੱਬ ਰੂਹਾਨੀ ਉਹਨਾਂ ਦਾ ਸਾਨੂੰ ਹੌਸਲਾ ਹੈ ਤੇ ਅਸੀਂ ਪਾਰ ਹੋ ਜਾਾਂਗੇ ਜੀ ਉਹਨਾਂ ਨੇ ਨਗਾ ਦੇਣਾ ਪਾਰ ਜੀ ਸਭਨਾਂ ਅਸੀਂ ਫੇਰ ਦਵਾਵਾ ਕਰਦੇ ਹਾਂ ਹਰ ਵੇਲੇ ਜੀ ਵੀ ਜਿਹੜੇ ਜਿਹੜੇ ਵੀਰਾਂ ਮੇਰੇ ਨੇ ਦੇਸ਼ਾਂ ਪਰਦੇਸਾਂ ਚੋਂ ਕੈਨੇਡਾ ਅਮਰੀਕਾ ਚੋਂ ਇੱਥੇ ਵੀ ਜੀ Rajasthan ਗੰਗਾ ਨਗਰ ਇੱਥੇ ਵੀ ਹਰਿਆਣੇ ਤੋਂ ਬੜੇ ਫੋਨ ਆਉਂਦੇ ਆ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹ ਜਿਹੜੇ ਮੈਨੂੰ ਹੈਲੋ ਹਾਈ ਕਰਕੇ ਮੈਨੂੰ ਜਾਗਦਾ ਰੱਖਦੇ ਆ ਜੀ ਹਾਂਜੀ 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 ਠੀਕ ਹੈ ਤੇ ਬਾਈ ਜੀ ਹੁਣ ਆਪਾਂ ਗੱਲ ਕਰਦੇ ਆ ਤੁਹਾਡੇ ਪਿਛਲੇ ਕੈਰੀਅਰ ਤੋਂ ਹਣਾ ਜੀ ਯਾਨੀ ਕਿ ਜਦੋਂ ਤੁਸੀਂ ਤੁਹਾਡੀ ਤੁਸੀਂ ਆਪਣੀ ਪਿਛਲੀ ਮੁਲਾਕਾਤ ਜ ਦੱਸਿਆ ਸੀਗਾ ਕਿ ਤੁਹਾਡੀ ਪਹਿਲੀ ਟੇਪ ਸੀ ਜਿੱਚ ਆਪਣਾ ਟਾਂਗੇ ਵਾਲਾ ਗਾਣਾ ਆਇਆ ਸੀਗਾ ਜੀ ਪਰ ਤੁਹਾਡਾ ਇਹ ਆਫ ਚ ਸਬਬ ਸੀਗਾ ਉਹ ਮਿਲਣ ਦਾ ਕਿੱਦਾਂ ਬਣਿਆ ਜੀ ਬਸ ਬਾਬਾ ਹੈ ਜੀ ਮਲਾਉਣ ਵਾਲਾ ਵੈਸੇ ਗੁਰੂ ਆ ਜੀ ਉਹਨੇ ਮਲਾਇਆ ਜੀ ਤੇ ਇਸੇ ਤਰ੍ਹਾਂ ਹੀ ਹਰ ਇੱਕ ਨੂੰ ਮਲਾਉਂਦਾ ਰਹੇ ਵਿਚ ਲਿਆ ਨੂੰ ਮੈਂ ਤਾਂ ਇਹੀ ਕਹੂੰਗਾ ਜੀ ਹਾਂਜੀ ਨਹੀਂ ਜੇ ਅਪਾ ਜਿਵੇਂ ਮੰਨ ਲਓ ਪਹਿਲੀ ਟੇਪ ਦੀ ਗੱਲ ਕਰਦੇ ਆਂ ਤਿਆਰੀ ਵੇਲੇ ਉਸ ਟਾਈਮ ਜਿਵੇਂ ਤੁਹਾਡਾ ਜਿਹੜੀ ਤੁਹਾਡੀ ਮੁਲਾਕਾਤ ਸੀਗੀ ਤੁਹਾਡੇ ਜਿਹੜਾ ਗੈਕੀ ਦਾ ਸ਼ੁਰੂਆਤ ਸੀ ਜਾਂ ਉਹ ਉਹਨਾਂ ਦੀ ਗੱਲ ਕਰਦਾ ਸੀ ਉਹ ਅਸੀਂ ਬਸ ਮੈਂ ਸਿੰਗਲ गा ਰਹੇ ਸੀ ਜੀ ਪਹਿਲਾਂ ਇਹ ਵੀ गा ਰਹੇ ਸੀ ਐ ਮੇਲਿਆ ਤੇ ਮੇਲ ਹੋਇਆ ਜੀ ਮੇਲਿਆਂ ਤੇ ਮੇਲ ਹੋ ਕੇ ਫਿਰ ਮੇਲੇ ਹੋ ਗਏ ਜੀ ਸ਼ੁਰੂ ਲੱਗਣੇ ਸਾਡੇ ਵੀ ਬੜਾ ਸਰੋਤੇ ਨੇ ਪਿਆਰ ਦਿੱਤਾ ਅਸੀਂ ਇਧਰ ਬੋੜੇ ਸਾਈਡ ਹੈ ਪਿੰਡ ਹੈ ਜੀ ਲੁਧਿਆਣਾ ਜ਼ਿਲ੍ਹੇ ਚ ਉਧਰ ਮੱਤੇਵਾੜੀ ਸਾਈਡ ਨੂੰ ਉਧਰੋਂ ਅਸੀਂ ਸ਼ੁਰੂ ਕੀਤਾ ਜੀ ਇਹ ਟਾਂਗ ਵਾਲਾ ਗੀਤ ਸਟੇਜਾਂ ਤੇ ਗਾਉਣਾ ਜੀ ਫਿਰ ਅਸੀਂ ਇੱਕ ਟੂਰ ਤੇ ਗਏ ਸੀ ਜੀ ਸਾਰੇ ਪੰਜਾਬ ਦਾ ਟੂਰ ਲੱਗਿਆ ਸੀ ਜੀ ਫਲੋਰ ਤੋਂ ਚੱਲ ਕੇ ਜੀ ਉਹਦੇ ਨਾਲ ਅਸੀਂ ਫਿਰ ਬਹੁਤ ਸਟੇਜਾਂ ਸਟੇਜ ਤਾਂ ਵੈਸੇ ਬਣੀ ਹੋਈ ਸੀ ਆਪਣੇ ਕੈਂਟਰ ਤੇ ਬਣੀ ਹੋਈ ਸੀ ਉਹ ਤੇ ਫਿਰ ਅਸੀਂ ਸਾਰੇ ਪੰਜਾਬ ਚ ਘੁੰਮੇ ਸਾਰੇ ਪਿੰਡ ਜਾਨਕੀ ਤੁਸੀਂ ਦੋਨਾਂ ਨੇ ਇਕੱਠੇ ਹਾਂ ਬਿਲਕੁਲ ਜੀ ਦੋਨੋਂ ਸਾਨੂੰ ਹਣ 22ਵਾਂ ਸਾਲ ਚੜ ਗਿਆ ਜੀ ਠੀਕ ਹੈ ਜੀ ਅੱਛਾ ਜਾਨਕੀ ਜਿਹੜੀ ਆਪਣੇ ਟੇਪ ਸੀਗੀ ਉਹ ਬਾਅਦ ਚੋਈ ਸੀ ਉਸ ਤੋਂ ਪਹਿਲਾਂ ਤੁਸੀਂ ਖਾੜੇ ਲਾਰੇ ਸੀਗੇ ਜੀ ਹਾਂ ਜੀ ਹਾਂ ਜੀ ਖਾੜੇ ਲਾਏ ਸੀ ਮਿਹਨਤ ਕਰਨੀ ਨਾਲ ਸੀ ਉਹ ਪਰ ਐਸੀ ਜੀ ਮੇਰੇ ਉਸਤਾਦ ਜੀ ਸਾਡੇ ਸਤਨਾਮ ਸਿੰਘ ਜੀ ਚੰਗੜਾ ਉਹਨਾਂ ਨੇ ਸਾਨੂੰ ਬਥੋ ਉਹਨਾਂ ਕੋਲੇ ਆਏ ਸੀ ਫਲੋਰ ਤੋਂ ਬੰਦੇ ਉਹਨਾਂ ਨੇ ਫਿਰ ਸਾਨੂੰ ਉਹਨਾਂ ਨਾਲ ਭੇਜਿਆ ਵੀ ਚਲੋ ਤੁਸੀਂ ਨਾਲੇ ਤਾਂ ਸਾਡੀ ਰੈਸਲ ਦੀ ਰੈਸਲ ਹੋ ਗਈ ਜੀ ਨਾਲੇ ਅਸੀਂ ਕੰਮ ਕਰਦੇ ਰਹੇ ਜੀ ਨਾਲੇ ਸਾਡਾ ਰੋਜ਼ਗਾਰ ਚੱਲਦਾ ਤੇ ਇਸ ਤੋਂ ਬਣਾ ਜਦੋਂ ਮੰਨ ਲਓ ਤੁਸੀਂ ਆਪਣੀ ਪਹਿਲੀ ਕੈਸਟ ਬਾਰੇ ਦੱਸਿਆ ਸੀਗਾ ਹੋਰ ਤੁਹਾਡੇ ਕਿੰਨੇ ਕੁ ਟੇਪ ਆਇਆ ਸੀ ਇਹਨਾਂ ਤੋਂ ਜਾਨੀ ਕਿਹੜੀ ਪਹਿਲੀ ਮੁਲਾਕਾਤ ਸੀ ਨਾ ਜੀ ਉਹਦੇ ਵਿੱਚ ਮਾਹੌਲ ਹੀ ਇਦਾਂ ਦਾ ਈਮੋਸ਼ਨਲ ਸੀਗਾ ਜੀ ਯਾਨੀ ਕਿ ਗੱਲਬਾਤ ਨਾਲ ਕਿਸੇ ਹੋਰ ਟਾਈਪ ਨਹੀਂ ਸੀਗੀ ਬਹੁਤ ਸਾਰੀ ਦਰਸ਼ਕਾਂ ਦੇ ਕਮੈਂਟ ਵੀ ਆਏ ਜੀ ਖਾਸ ਕਰਕੇ ਤੁਹਾਡੇ ਵਾਸਤੇ ਵੀ ਆਏ ਸੀਗੇ ਕਹਿੰਦੇ ਵੀ ਸੁਖਵਿੰਦਰ ਸੁਖੀ ਦਾ ਜ਼ਿਕਰ ਵੀ ਨਹੀਂ ਕੀਤਾ ਜੀ ਹਨਾ ਪਰ ਉਸ ਦਿਨ ਗੱਲਬਾਤ ਹੀ ਇਦਾਂ ਦੀ ਸੀ ਅੱਜ ਅਸੀਂ ਜ਼ਿਆਦੀ ਗੱਲਬਾਤ ਤੁਹਾਡੇ ਨਾਲ ਕਰਨੀ ਚਾਹਾਂਗੇ ਹਾਂਜੀ ਕੋਈ ਮਤਲਬ ਇਹਨਾਂ ਦੇ ਕੋਈ ਟਾਈਮ ਹੀ ਇਦਾਂ ਦਾ ਆ ਗਿਆ ਸੀ ਕਈ ਗੱਲਾਂ ਇਨਸਾਨ ਨਾਲ ਹੋ ਜਾਂਦੀਆਂ ਨੇ ਜ਼ਿੰਦਗੀ ਦੇ ਵਿੱਚ ਹਾਂਜੀ ਹਾਂਜੀ ਕੋਈ ਸਮਾਂ ਹਵਾ ਚੱਲ ਗਈ ਕੋਈ ਸਮੇਂ ਦੀ ਨਾ ਤੇ ਇਸ ਕਰਕੇ ਥੋੜਾ ਸਾਡੇ ਵਿੱਚ ਕੋਈ ਹੈਗਾ ਸੀ ਅੰਡਰਸਟੈਂਡਿੰਗ ਪਰ ਹੁਣ ਅਸੀਂ ਦੋਵੇਂ ਇਕੱਠੇ ਹੋ ਗਏ ਆ ਖੁੱਲ ਕੇ ਖਾੜੇ ਲਾਵਾਂਗੇ ਸੋ ਤੈਨੂੰ ਸਾਡੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਸਾਥ ਦੇਣ ਕੰਮ ਕਰਾਂਗੇ ਅਸੀਂ ਖੁੱਲ ਕੇ ਅੱਗੇ ਵੀ ਅਸੀਂ ਹੁਣ ਦੁਕਾਨਾਂ ਕਰ ਰਹੇ ਆ ਅੱਗੇ ਦੇਵਾਂਗੇ ਵਧੀਆ ਦੁਕਾਨੇ ਦੇਵਾਂਗੇ ਜਿੱਦਾਂ ਪਹਿਲਾਂ ਪਿਆਰ ਦਿੱਤਾ ਹੁਣ ਵੀ ਦੇਣਗੇ ਸਾਨੂੰ ਹਾਂਜੀ ਕਿਸੇ ਨਵੇਂ ਦੁਕਾਨੇ ਦੇ ਦੋ ਬੋਲ ਸਾਂਝੇ ਕਰਨੇ ਚਾਹੂਗੇ ਹਾਂਜੀ ਹਾਂਜੀ ਦਾੜੀ ਮੁੱਛ ਕਰਾ ਕੇ ਕਾਲੀ ਵੀ ਜੈਂਟਲਮੈਨੀ ਲੁੱਕ ਬਣਾਲੀ ਦਾੜੀ ਮੁੱਛ ਕਰਾ ਕੇ ਕਾਲੀ ਵੀ ਜੈਂਟਲਮੈਨੀ ਲੁੱਕ ਬਣਾਲੀ ਕਿਵੇਂ ਨਜ਼ਰ ਮੇਰਦੀ ਘਰਤੀ ਵੇ ਤੇਰੇ ਤੇ ਢਾਡੇ ਨੇ ਨਹੀਂ ਹੁਣ ਟਾਂਗਾ ਛੱਡ ਕੇ ਲੈਣ ਕਲੂਜਰ ਲਿਆਂਦੀ ਬਾਬੇ ਨੇ ਹੁਣ ਟਾਂਗਾ ਛੱਡ ਕੇ ਲੈਣ ਕਲੂਜਰ ਲਿਆਉਣੀ ਬਾਬੇ ਨੇ ਜੈਂਕਣੇ ਤੂੰ ਲੰਡਨ ਨੂੰ ਵਾਗੀ ਨਹੀਂ ਸਾਡੀ ਉੱਥੇ ਹੀ ਲਾਟਰੀ ਲੱਗੀ ਜਿੱਦੇ ਦੀ ਤੂੰ ਲੰਡਨ ਨੂੰ ਵਾਗੀ ਨਹੀਂ ਸਾਡੀ ਇੱਥੇ ਲਾਟਰੀ ਲੱਗੀ ਗਿਫਟ ਗਾਹੜ ਦੇ ਦਰਸ਼ਨ ਹੋਏ ਵੱਡੀ ਕਰੰਸੀ ਦੇ ਦੱਸ ਕੀ ਦੀ ਮੰਗ ਲਿਆ ਆ ਤੂੰ ਇਨੀ ਮਹਿੰਗੀ ਗੱਡੀ ਵੇ ਦੱਸ ਕੀ ਦੀ ਮੰਗ ਲਿਆ ਆ ਬਾਜ ਸਿਆਂ ਮਹਿੰਗੀ ਗੱਡੀ ਵੀ ਭਾਨਿਆਂ ਨਾਂ ਰੱਖ ਵਾਲਿਆ ਰੋਕੀ ਤੇ ਧਰ ਕੇ ਡੈਸ਼ਬੋਰਡ ਤੇ ਕਾਫੀ ਭਾਨਿਆਂ ਨਾਂ ਰੱਖ ਵਾਲਿਆ ਰੋਕੀ ਤੇ ਕਰਕੇ ਡੈਸ਼ਟਬੋਰਡ ਤੇ ਕਾਫੀ ਚੂਸੀ ਨਾਲ ਸ਼ੌਕ ਦੀ ਟੋਫੀ ਸ਼ੌਕ ਤੇਰੇ ਵੱਧਦੇ ਜਾਂਦੇ ਨੇ ਹੁਣ ਟਾਂਗਾ ਛੱਡ ਕੇ ਲੈਡ ਕਲੌਂਜਰ ਲਿਆਂਦੀ ਬਾਬੇ ਨੇ ਟਾਂਗਾ ਛੱਡ ਕੇ ਲੈਡ ਕਲੌਂਜਰ ਲਿਆਂਦੀ ਬਾਬੇ ਨੇ ਦੱਸ ਕੀ ਦੀ ਮੰਗ ਲਿਆ ਆ ਆਵਾਜ਼ ਸਿਆਂ ਮਹਿੰਗੀ ਗੱਡੀ ਵੇ ਮੈਂ ਪਾਤੜਾਂ ਤੋਂ ਲੈ ਆ ਆ ਅੰਜ ਹੁਣ ਵਧੀਆ ਗੱਡੀ ਨੀ ਪਰਮਾਤਮਾ ਕਰੇ ਕੇ ਆ ਤੇ ਮਹਿੰਗੀ ਗੱਡੀ ਆਵੇ ਤੁਹਾਡੇ ਕੋਲੇ ਮੈਂ ਤੁਹਾਡਾ ਪੂਰਾ ਸਾਥ ਦੇਵਾਂਗੇ ਸਰੋਤਿਆਂ ਨੂੰ ਬੇਨਤੀ ਹੈ ਕਿ ਮੈਂ ਖੁੱਲ ਕੇ ਇਹਨਾਂ ਨਾਲ ਕੰਮ ਕਰਾਂਗੀ ਔਰ ਵਧੀਆ ਕੰਮ ਕਰਾਂਗੇ ਜੋ ਵੀ ਤੁਸੀਂ ਸੁਣਨਾ ਚਾਹੋਗੇ ਉਹ ਤੁਹਾਨੂੰ ਸੁਣਾਵਾਂਗੇ achiyan gallan acche geet acha kaam karange ਗੱਡੀ ਤਾਂ ਹੈ ਜੀ ਗੱਡੀ ਮੇਰੀ ਨਹੀਂ ਉਹ ਸਰੋਤਿਆਂ ਦੀ ਦੇਣਾ ਜੀ ਬਹੁਤ ਵਧੀਆ ਮੈਂ ਬਹੁਤ ਧੰਨਵਾਦ ਕਰਦਾ ਫੇਰ ਦੁਬਾਰਾ ਜਿਹੜੇ ਮੇਰੇ ਸਪੋਰਟ ਕਰ ਰਹੇ ਜੀ ਤੇ ਮੇਰੇ ਵਾਸਤੇ ਇਹੋ ਜਿਹਾ ਤੋਹਫਾ ਦੇ ਰਹੇ ਨੇ ਜੀ ਹੋਰ ਵੀ ਸਰੋਤੇ ਤੇ ਜਿਹੜਾ ਮੇਰਾ ਘਰਵਾਰ ਦਾ ਸੀ ਉਹ ਵੀ ਉਹਨਾਂ ਨੇ ਜ਼ਿੰਮੇਵਾਰੀ ਚੱਕ ਦੇਣੀ ਥੋੜੇ ਥੋੜੇ ਵੀ ਕੋਈ ਗੱਲ ਨਹੀਂ ਜਿਵੇਂ ਜਿਵੇਂ ਅਸੀਂ ਸਾਰੇ ਬੰਦੇ ਸੜਲ ਕੇ ਸਪੋਰਟ ਕਰਨਗੇ ਸੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਫੇਰ ਦੁਬਾਰੇ ਦੇਸ਼ਾਂ ਪਰਦੇਸਾਂ ਦੇ ਵਿੱਚ ਬੈਠੇ ਪੰਜਾਬੀ ਵੀਰਾਂ ਦਾ ਜੀ ਹਾਂਜੀ 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 ਬਹੁਤ ਵਧੀਆ ਯਾਨੀ ਕਿਹੜਾ ਤੁਸੀਂ ਗੀਤ ਗਾਇਆਗਾ ਜੀ ਜੀ ਤੇ ਮੈਨੂੰ ਲੱਗਦਾ ਵੀ ਤੁਸੀਂ ਬਾਬਿਆਂ ਦਾ ਖਿਹੜਾ ਛੱਡਦੇ ਨਹੀਂਗੇ ਜੀ ਹੋਰ ਖਿੱਚੋਗੇ ਬਾਬਿਆਂ ਨੂੰ ਜੀ ਦੇਖੋ ਜੀ ਬਾਬਿਆਂ ਦਾ ਆਸ਼ੀਰਵਾਦ ਹੈ ਜੀ ਖਿਹੜਾ ਨਹੀਂ ਖਿਹੜੇ ਵਾਲੀ ਗੱਲ ਨਹੀਂ ਦਰਸ਼ਨ ਜੀ ਵੀ ਆਸ਼ੀਰਵਾਦ ਹੈ ਜੀ ਇਹਨਾਂ ਦਾ ਕਿਉਂਕਿ ਜੇ ਕਿਸ ਨੂੰ ਖੁਸ਼ ਕਰਨਾ ਸੀ ਤੇ ਸਮਝ ਲਓ ਪ੍ਰਮਾਤਮਾ ਨੂੰ ਖੁਸ਼ ਕਰਨਾ ਸੀ ਅਸੀਂ ਕਹਿੰਨੇ ਆਂ ਵੀ ਮੈਂ ਪਹਿਲਾਂ ਸੋਚਦਾ ਵੀ ਸਾਡੀ ਜਿੰਨੀ ਕਿ ਜ਼ਿੰਦਗੀ ਆ ਅਸੀਂ ਉਹਨਾਂ ਕੋਲ ਹੋਰ ਖੁਸ਼ ਕਰਨ ਵਾਸਤੇ ਅਸੀਂ ਵਧੀਆ-ਵਧੀਆ ਗੀਤ ਲੈ ਕੇ ਆਈਏ ਕਿਉਂਕਿ ਜਿਹੜੇ ਗੀਤ ਉਹ ਹੀ ਵਧੀਆ ਨੇ ਜਿਹੜੇ ਘਰਾਂ ਸੁਣੇ ਜਾਣ ਹਰ ਇੱਕ ਬੰਦਾ ਸੁਣੇ ਪਰਿਵਾਰ ਚ ਬੈਠ ਕੇ ਹਾਂਜੀ ਹਾਂਜੀ ਕਿਉਂਕਿ ਬਾਬਿਆਂ ਦੇ ਵੀ ਦਿਲਾ ਜੀ ਉਹ ਜਵਾਨੀ ਯਾਦ ਕਰਕੇ ਵੀ ਨੱਚਣਾ ਤਾਂ ਹੁੰਦਾ ਹੀ ਹੱਸਣਾ ਖੇਡਣਾ ਤਾਂ ਆਈ ਹੈ ਹਾਂਜੀ 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 ਤੇ ਗੀਤ ਤੁਹਾਡਾ ਬਹੁਤ ਵਧੀਆ ਜੀ ਉਮੀਦ ਹੈ ਜਾਨੀ ਕਿ ਜਿਹੜੇ ਆਪਣੇ ਪਹਿਲਾਂ ਵਾਲਾ ਟੰਗਾ ਸੀ ਉਸ ਤੋਂ ਵੀ ਜ਼ਿਆਦਾ ਪਸੰਦ ਕਰਨਗੇ ਦਰਸ਼ਕਾ ਜੀ ਤੇ ਇਹ ਕਿਹਨਾਂ ਦਾ ਲਿਖਿਆ ਜੀ ਇਹ ਇਹ ਗੀਤ ਲਿਖਿਆ ਜੀ ਗਲਜਾਰ ਚੰਗਾਲ ਜੀ ਉਹਨਾਂ ਦਾ ਗੀਤ ਲਿਖਿਆ ਹੋਇਆ ਜੀ ਇੱਕ ਉਹਨਾਂ ਦੇ ਨਾਲ ਸਹਿਯੋਗੀ ਨੇ ਉਹਨਾਂ ਦੇ ਗੋਪੀ ਜੀ ਭਾਈ ਗੋਪੀ ਜੀ ਆ ਜੀ ਤੇ ਇਹ ਮਿਊਜ਼ਿਕ ਹੈਗਾ ਜੀ ਇਹ ਆਪਣੇ ਸੁਖਵੀਰ ਸੁਖੇ ਦਾ ਜੀ ਪਾਤਣਾ ਤੋਂ ਉਹਨਾਂ ਦੇ ਸਟੂਡੀਓ ਹੈ ਉਹਨਾਂ ਦੇ ਸਾਰਾ ਕੁਝ ਹੈ ਜੀ ਤੇ ਜਿਹੜੀ ਸਾਡੇ ਨਾਲ ਸਪੋਰਟ ਆ ਜੀ ਉਹਨਾਂ ਦੀ ਬਹੁਤ ਵੱਡੀ ਹੈ ਇੱਕੋ ਨਾਲ ਮੈਡਮ ਪ੍ਰੀਤ ਜੀ ਸਾਰਿਆਂ ਦਾ ਜੀ ਸਾਰੀ ਟੀਮ ਦਾ ਹੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਕਿਉਂਕਿ ਗੋਪੀ ਸ਼ਬਦ ਆ ਨਾ ਪਹਿਲਾਂ ਤੋਂ ਮੇਰੇ ਟਾਂਗ ਵਾਲੀ ਗੀਚ ਵੀ ਗੋਪੀ ਸ਼ਬਦ ਸੀਗਾ ਜੀ ਤੇ ਹੁਣ ਤਾਂ ਮੇਰੇ ਕੋਲ ਗੋਪੀ ਦੋ ਹੋ ਗਏ ਗੋਪੀ ਰਾਏ ਹੋ ਗਿਆ ਜੀ ਹੈ ਜੀ ਤੇ ਮਨੀ ਬਾਈ ਜੀ ਔਰ ਤੋਸੀ ਦਰਸ਼ਨ ਜੀ ਔਰ ਸਾਰਾ ਤੁਹਾਡਾ ਪਾਤਣਾ ਦਾ ਏਰੀਆ ਹੀ ਹੁਣ ਮੇਰਾ ਆਪਣਾ ਐ ਲੱਗਦਾ ਵੀ ਮੈਂ ਇੱਥੇ ਕਈ ਦਿਨ ਰਹਿ ਕੇ ਜਾਵਾਂ ਕਿਉਂਕਿ ਜਿਹੜੇ ਗੋਪੀ ਦੇ ਡੈਡੀ ਐ ਗੋਪੀ ਰਾਏ ਦੇ ਉਹਨਾਂ ਦਾ ਜਦੋਂ ਮਾਣਾ ਮੈਨੂੰ ਅਸ਼ੀਰਵਾਦ ਐਸਾ ਦਿੰਦੇ ਨੇ ਵੀ ਉਹਨਾਂ ਦਾ ਅਸ਼ੀਰਵਾਦ ਮੈਨੂੰ ਦੇਸੀ ਕੇ ਵਾਂ ਅੱਜ ਵੀ ਮੈਨੂੰ ਆਸ਼ੀਰਵਾਦ ਦਿੱਤਾ ਜੀ ਉਹਨਾਂ ਨੇ ਵੀ ਤੂੰ ਗੱਡੀ ਮਿਲੂਗੀ ਤੇ ਜ਼ਰੂਰ ਮੈਨੂੰ ਗੱਡੀ ਮਿਲੂ ਜੀ ਗੱਡੀ ਦਾ ਸਰੋਤਿਆਂ ਦੀ ਗੱਡੀ ਆ ਜੀ ਉਹਨਾਂ ਨੇ ਦੇਣੀਆਂ ਜੀ ਸਾਰਾ ਕੁਝ ਹਾਂਜੀ ਹਾਂਜੀ ਲੋਕੋ ਸਰੋਤੇ ਜਦੋਂ ਕਹਿਣਗੇ ਭਾਵੇਂ ਮੈਨੂੰ ਸਾਈਕਲ ਤੇ ਕਰਨ ਮੈਂ ਤੇ ਸਾਈਕਲ ਤੇ ਜਾਵਣ ਠੀਕ ਹੈ ਨਾ ਹਾਂਜੀ ਕਿਉਂਕਿ ਉਹਨਾਂ ਦੇ ਕਹੇ ਤੋਂ ਮੈਂ ਜਿੱਥੇ ਮਰਜੀ ਮੈਨੂੰ ਕਹਿ ਸਕਦੇ ਵੀ ਤੂੰ ਮੈਂ ਗੱਡੀ ਤੇ ਆਉਂ ਤਾਂ ਗੱਡੀ ਤੇ ਆ ਜੂ ਜੇ ਰਿਕਸ਼ੇ ਤੇ ਕਰਨ ਮੈਂ ਰਿਕਸ਼ੇ ਤੇ ਜਾਵਣ ਹਾਂਜੀ ਇਹ ਦੋਨੇ ਜਣੇ ਇਹ ਰਿਕਸ਼ੇ ਤੇ ਬਹਿ ਜਾ ਕਰਨ ਹਾਂਜੀ ਹਾਂਜੀ ਫਿਰ ਤੁਸੀਂ ਰਿਕਸ਼ੇ ਵਾਲੀ ਗੱਲ ਕੀਤੀ ਆ ਜੀ ਹਾਂਜੀ ਯਾਨੀ ਕਿ ਤੁਹਾਡਾ ਰਿਕਸ਼ੇ ਤੇ ਵੀ ਕੋਈ ਗਾਣਾ ਆਇਆ ਕੁਛ ਐਦਾਂ ਦਾ ਕੁਝ ਜੀ ਜਾਂ ਕਰਨ ਦਾ ਰੱਦ ਹੈਗਾ ਕੋਈ ਜੀ ਰਿਕਸ਼ੇ ਤੇ ਨਹੀਂ ਆ ਜੀ ਨਹੀਂ ਕੋਈ ਚੀਜ਼ ਮਾੜੀ ਨਹੀਂ ਰਿਕਸ਼ਾ ਵੀ ਗੱਡੀ ਆ ਜੀ ਹਾਂ ਜੀ ਜਿਹੜਾ ਬੰਦਾ ਰਿਕਸ਼ਾ ਚਲਾਉਂਦਾ ਉਹਦੇ ਲਈ ਉਹੀ ਗੱਡੀ ਹੈ ਹਾਂ ਜੀ ਰੋਜੀ ਰੋਟੀ ਹੈ ਜੀ ਹਰ ਬੰਦਾ ਆਪਣੀ ਰੋਜੀ ਰੋਟੀ ਕਰਕੇ ਖਾਂਦਾ ਮਿਹਨਤਾਂ ਜੀ ਪਰਮਾਤਮਾ ਸਭ ਤੇ ਮਿਹਰ ਰੱਖੀ ਤੇ ਆਪਾਂ ਆਪਣੀ ਗੱਲਬਾਤ ਦਾ ਸਿਲਸਿਲਾ ਹੋਰ ਵਧਾਉਣ ਨੇ ਅੱਗੇ ਕੋਈ ਐਦਾਂ ਦਾ ਹਾਸੇ ਮਨੋਰੰਜਨ ਵਾਲਾ ਹੋਰ ਕੋਈ ਗੀਤ ਹੋ ਜਾਏ ਦਰਸ਼ਕਾਂ ਵਾਸਤੇ ਜੀ ਲਓ ਉਹ ਵੀ ਸੁਣਾ ਦਨੇ ਆ ਜੀ ਆਪਿਆਂ ਦੇ ਦੇਖੋ ਗੀਤਾ ਬਹੁਤ ਆਏ ਨੇ ਜੀ ਹਾਂਜੀ ਤੂੰ ਰੋਜ ਸ਼ਹਿਰ ਤੋਂ ਆਉਣਾਵੇਂ ਸਾਡਾ ਸੌਂਗ ਆਸੀ ਜੀ ਸਰੋਤਰੇ ਬਹੁਤ ਪਰਮਾ ਹੰਗਾਰਾ ਦਿੰਦਾ ਪਿਆਰ ਵੀ ਦਿੰਦਾ ਹੈ ਬੱਚਿਆਂ ਨੇ ਮਤਲਬ ਸਾਰਿਆਂ ਨੇ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਸਾਰਿਆਂ ਨੇ ਸਾਡਾ ਇਹ ਸੌਂਗ ਬਹੁਤ ਪਸੰਦ ਕੀਤਾ ਜੀ ਤੀਹਾਂ ਦੇ 버ગર ਵਰਗਾ ਨਹੀਂ ਤੇਰਾ ਪਹਿਲੇ ਮੂੰਹਟਿਆਰੇ ਕਿਉਂਕਿ ਹਾਸੇ ਵਾਲਾ ਗੀਤ ਹੈ ਖੱਟਾ ਮਿੱਠਾ ਗੀਤ ਹੈ ਸਾਡੀਆਂ ਭੈਣਾਂ ਖਾਸ ਕਰਕੇ ਜਾਦੇ ਸੁਣਦੀਆਂ ਨੇ ਜਦੋਂ ਅਸੀਂ ਜਾਣਿਆ ਵਿਆਹ ਗੀਤ ਸੁਣਾਓ ਇਹ ਤੁਹਾਨੂੰ ਥੋੜਾ ਸੁਣਾ ਕੇ ਪੇਸ਼ ਕਰ ਦਿਆ ਤੁਹਾਡੇ ਸਾਹਮਣੇ ਤੂੰ ਰੋਜ ਉਹ ਜਿਹਾ ਸ਼ਹਿਰ ਤੋਂ ਆਉਣਾ ਵੀ ਨਾ ਖਾਣ ਨੂੰ ਕੁਝ ਵੀ ਲਿਓਣਾ ਵੀ ਤੂੰ ਰੋਜ ਸ਼ਹਿਰ ਤੋਂ ਆਉਣਾ ਵੀ ਨਾ ਖਾਣ ਨੂੰ ਕੁਝ ਵੀ ਲਿਓਣਾ ਵੀ ਗੱਲ ਸੁਣ ਲੈ ਮੇਰੇ ਹਾਂਣ ਦਿਆ ਗੱਲ ਸੁਣ ਲੈ ਮੇਰੇ ਹਾਂਣ ਦਿਆ ਬਿਆਂ ਮੈਂ ਖਾਲੀ ਹੱਥ ਲਮਕੋਂਦਾ ਹੁਣ ਖਟੀਆਂ ਮਿੱਠੀਆਂ ਚੀਜ਼ਾਂ ਖਾਣ ਨੂੰ ਦਿਲ ਮੇਰਾ ਇਹ ਚਾਉਂਦਾ ਹੁਣ ਖਟੀਆਂ ਮਿੱਠੀਆਂ ਚੀਜ਼ਾਂ ਖਾਣ ਨੂੰ ਦਿਲ ਮੇਰਾ ਇਹ ਚਾਉਂਦਾ ਉਹਨਾ ਚੀਜ਼ ਬਜ਼ਾਰੂ ਖਾਇਆ ਕਰ ਬੋਤਾ ਨਾ ਜੀ ਲਲਚਾਇਆ ਕਰ ਨਾ ਚੀਜ ਬਜਾਰੂ ਖਾਇਆ ਕਰ ਬਹੁਤਾ ਨਾ ਜੀ ਲਲਚਾਇਆ ਕਰ ਕਿਉਂ ਗੁੱਸੇ ਹੋਗੀ ਹਾਨ ਦੀ ਕਿਉਂ ਗੁੱਸੇ ਹੋਗੀ ਹਾਨ ਦੀ ਨੀ ਮੇਰੀ ਹੁਸਨ ਦੀ ਸਰਕਾਰੀ ਤੀਹਾਂ ਦੇ 버ਗਰ ਵਰਗਾ ਨਹੀਂ ਤੇਰਾ ਪਹਿਲਾ ਹੀ ਮੂੰਹ ਮਟਿਆਰੀ ਤੀਹਾਂ ਦੇ 버ਗਰ ਵਰਗਾ ਨਹੀਂ ਤੇਰਾ ਪਹਿਲਾ ਹੀ ਮੂੰਹ ਮਟਿਆਰੀ ਇਹ ਸੌਂਗਾ ਜੀ ਬਹੁਤ ਵਧੀਆ ਲੋਕਾਂ ਨੇ ਬਹੁਤ ਪਰ ਮਹੰਗਾਰਾ ਦਿੱਤਾ ਬਹੁਤ ਪਿਆਰ ਦਿੱਤਾ ਔਰ ਬਹੁਤ ਪਸੰਦ ਕਰਦੇ ਨੇ ਉਹ ਸਟੇਜ ਤੇ ਸੌਂਗਾ ਸੀ ਲਾਉਣਾ ਗੀਤਾ ਸੀ ਹਰ ਵਾਰ ਦੇਗਾ ਤੇ ਬਸ ਐਤਕੀ ਤੁਹਾਨੂੰ ਜ਼ਰੂਰ ਜੀ ਅਸੀਂ ਇੱਕ ਫੌਜੀ ਨੌਜਵਾਨਾਂ ਵਾਲਾ ਗੀਤ ਸੁਣਾਵਾਂਗੇ ਫੌਜੀਆਂ ਦਾ ਗੀਤ ਸੁਣਾਉਣਾ ਜ਼ਰੂਰੀ ਠੀਕ ਹੈ ਜੀ ਹਾਂ ਮੈਂ ਵੀ ਆਈ ਮੁਕਲਾਵੇ ਤੂੰ ਵੀ ਛੁੱਟੀ ਕਿਉਂ ਆ ਕਿਉਂਕਿ ਜਿਹੜੇ ਸਿੰਗਰ ਹੁੰਦੇ ਆ ਉਹਨਾਂ ਨੂੰ ਹਰ ਵਰਗ ਦਾ ਗੀਤ ਗਾਉਣਾ ਪੈਂਦਾ ਜੀ ਕਿਉਂਕਿ ਫੌਜੀ ਨੌਜਵਾਨਾਂ ਵੱਲੋਂ ਸਾਨੂੰ ਬਹੁਤ ਭਰ ਮੰਗ ਆ ਰਿਹਾ ਮਿਲਿਆ ਬਹੁਤ ਪਸੰਦ ਕੀਤਾ ਸੀਗਾ ਤੇ ਅੱਛਾ ਸਾਨੂੰ ਰਿਸਪੌਂਸ ਮਿਲਿਆ ਇਹ ਨਾ ਸਾਂਗਾਂ ਤੁਹਾਨੂੰ ਫਾਇਨਟ ਹੋਣੇ ਸਾਡੀ ਟੈਂਟੇ ਪਾਸ ਆញ ਸਾਡੀਆਂ ਫਾਇਨਟ ਹੋਣ ਚੋ ਰਜਿੰਦਰ ਭਾਜੀ ਨੇ ਕੀਤੀਆਂ ਮਾਲਾ ਜਿਹੜਿਆ ਵੀ ਸਾਡੀ ਤਰੱਕੀ ਸਭ ਤੋਂ ਵੱਧ ਹੋਈ ਹੈ ਫਾਇਨਟ ਨੂੰ ਕੰਪਨੀ ਚ ਹੋਈ ਹੈ ਜੀ ਚਲੋ ਸਾਨੂੰ ਦਿਖਾਇਆ ਨਹੀਂ ਕਿ ਉਹ ਗੱਲ ਵੱਖਰੀ ਹੈ ਜੀ ਫਿਰ ਵੀ ਸਾਨੂੰ ਮਤਰਾ ਰੋਟੀ ਦਾ ਗੁਜ਼ਾਰਾ ਤਾਂ ਸਾਡੇ ਉਹਨਾਂ ਨੇ ਕੀਤਾ ਹੈ ਜੀ ਕਹਿ ਨਹੀਂ ਸਕਦੇ ਤੇ ਫੌਜੀਆਂ ਲਈ ਤਾਂ ਸਪੈਸ਼ਲੀ ਭਾਜੀ ਨੇ ਪਸੰਦ ਕੀਤਾ ਸੀ ਜਨਾਨੇ ਤੁਹਾਡੇ ਸਾਹਮਣੇ ਮੈਂ ਵੀ ਆਈਮ ਕਲਾਵੇ ਤੂੰ ਵੀ ਛੁੱਟ ਗਿਆ ਆਹਾ ਵੀ ਮੈਂ ਵੀ ਆਈ ਮੁਕਲਾਵੇ ਤੂੰ ਵੀ ਛੁੱਟ ਗਿਆ ਆਹਾ ਤੇਰੇ ਫੌਜ ਦੀ ਦਿਓਰਾ ਗੱਲਬਾਤ ਸੁਣਾ ਆ ਜਾ ਬੈਠ ਜਾ ਪਾਲੰਗੀ ਤੇ ਜਵਨਾ ਬੇ ਕਿੱਦਾਂ ਦੀ ਸਜ਼ਾ ਮਿਲਦੀ ਤੇਥੋਂ ਖੁੰਝ ਜਾਵੇ ਗੋਲੀ ਦਾ ਨਿਸ਼ਾਨਾ ਬੇ ਕਿੱਦਾਂ ਦੀ ਸਜ਼ਾ ਮਿਲਦੀ ਉਹ ਜੇ ਤੂੰ ਚਿੜੀ ਜੱਡਾ ਦਿਲ ਭਾਬੀ ਪੱਥਰ ਬਣਾਵੇਂ ਗਹਿਣੇ ਗਟਿਆਂ ਨਾਲ ਲੱਦੀ ਆਖ ਲੂਕਾ ਮੇਰੇ ਸਾਹਮੇ ਤੈਨੂੰ ਫੌਜੀ ਦਾ ਨਿਸ਼ਾਨਾ ਜਦ ਦਿਖਾਈਏ ਨੀ 12 ਦੀਆਂ 12 ਗੋਲੀਆਂ ਮੈਂ ਤੇਰੀ ਨਾਥ ਚੋਂ ਨਗਾਦੂ ਪਰ ਜਾਈਏ ਨੀ 12 ਦੀਆਂ 12 ਗੋਲੀਆਂ ਬੇ ਤੂੰ ਹੱਦਾਂ ਤੇਰਾ ਜਿਆਰੇ ਨਾ ਜਾ ਫਿਰ ਭੁੱਖਾ ਪਾਣਾ ਤੂੰ ਹੱਦਾਂ ਤੇ ਰੱਜਿਆ ਰਹਿ ਨਾ ਜਾ ਫਿਰ ਭੁੱਖਾ ਪਾਣਾ ਬੰਕਰ ਦੇ ਵਿੱਚ ਬੈਠੇ ਨੂੰ ਤੈਨੂੰ ਕੌਣ ਪਚਾਉਂਦਾ ਖਾਣਾ ਮਾਮਾ ਦੇ ਪੁੱਤ ਬਾਰ ਜਾਂਦੇ ਨੇ ਮਾਮਾ ਦੇ ਪੁੱਤ ਬਾਰ ਜਾਂਦੇ ਨੇ ਕਈ ਦੇਸ਼ ਤੋਂ ਕੀਮਤੀ ਜਾਨਾ ਬੇ ਕਿੱਦਾਂ ਦੀ ਸਜ਼ਾ ਮਿਲਦੀ ਜੇ ਤੇਥੋਂ ਖੁੰਝ ਆਵੇ ਗੋਲੀ ਦਾ ਨਿਸ਼ਾਨਾ ਵੇ ਕਿਦਾਂ ਦੀ ਸਜਾ ਮਿਲਦੀ ਉਹ ਇਹ ਬੂਟਾ ਨਾਲ ਡਲੇ برف ਤੇ ਰਾਤੀ ਮਿੱਦਦਾ ਜਾਵਾ ਇਹ ਬੂਟਾ ਨਾਲ ਡਲੇ برف ਤੇ ਰਾਤੀ ਮਿੱਦਦਾ ਜਾਵਾ ਸਿਗਨਲ ਕੋਰ ਸਪਾਹੀ ਵਾਂਗੂ ਨਹੀਂ ਅੱਖ ਨਾ ਪਰੇ ਹਟਾਵਾ ਨੀਮੀ ਵਾਂਗੂ ਬੰਬ ਡੇਗਦੇ ਅਸੀਂ ਬੰਬਾ ਤੋਂ ਕਦੀ ਨਾ ਕਬਰਈਏ ਨੀ 12 ਦੀਆਂ 12 ਗੋਲੀਆਂ ਮੈਂ ਤੇਰੀ ਨੱਥ ਚੋਂ ਨਗਾਦੂ ਪਰ ਜਾਈਏ ਬੇ ਕਿੱਦਾਂ ਦੀ ਸਜ਼ਾ ਮਿਲਦੀ ਮੈਂ ਤੇਰੀ ਨੱਥ ਚੋਂ ਨਗਾਦੂ ਪਰ ਜਾਈਏ ਬੇ ਕਿੱਦਾਂ ਦੀ ਸਜ਼ਾ ਨੀ 12 ਦੀਆਂ 12 ਗੋਲੀਆਂ ਵਾਹ ਜੀ ਵਾ ਬਹੁਤ ਜਿਆਦਾ ਵਧੀਆ ਜੀ ਕਿਉਂਕਿ ਜਿਹੜੇ ਆਪਣੇ ਫੌਜੀ ਵੀਰ ਨੇ ਜੀ ਉਹ ਜਦੋਂ ਜੇ ਸਰਹੱਦਾਂ ਦੇ ਮੰਨ ਲਓ ਐਨ ਐਨ ਜਿਹੜੀ ਬਰਫੀਲੀਆਂ ਪਹਾੜੀਆਂ ਚ ਆਪਣੇ ਬਾਰਡਰਾਂ ਤੇ ਇਕੱਠਾ ਖੜੇ ਨੇ ਤੇ ਤਾਂ ਆਪਾਂ ਸੁੱਖ ਦੀ ਨੀਂਦ ਸੌਣੇ ਆ ਜੀ ਦੇਖੋ ਦਰਸ਼ਨ ਜੀ ਫੌਜੀ ਨੌਜਵਾਨ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਜਦੋਂ ਮੇਰੀ ਤੁਸੀਂ ਇੰਟਰਵਿਊ ਪਾਈ ਆ ਉਹ ਸੈਂਟਰ ਨੂੰ ਸੁਣ ਕੇ ਇੱਕ ਫੌਜੀ ਵੀਰ ਮੇਰਾ ਭਾਈ ਜਰਨੈਲ ਸਿੰਘ ਮਾਨਸਾ ਤੋਂ ਉਹਨੇ ਵਿਚਾਰੇ ਨੇ ਮੈਨੂੰ ਦਿਵਾਲੀ ਵਾਲੇ ਦਿਨ ਉਹਨੇ ਮੇਰੇ ਦਿਵਾਲੀ ਵਧੀਆ ਲੰਘਾਈ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਫੌਜੀ ਵੀਰਾਂ ਦਾ ਨਾਲੇ ਤਾਂ ਦੇਸ਼ ਦੀ ਸੇਵਾ ਕਰ ਰਹੇ ਨੇ ਨਾਲੇ ਸਾਡੇ ਵਰਗੇ ਜਦੋਂ ਕਲਾਕਾਰ ਵਖਤ ਜ ਮਾੜੇ ਵਜ ਦੀ ਲੰਘਦੇ ਤੇ ਫਿਰ ਵੀ ਸਪੋਰਟ ਕਰਦੇ ਨੇ ਬਹੁਤ-ਬਹੁਤ ਸਲੂਟ ਆਸ ਬੰਦਿਆਂ ਨੂੰ ਮੇਰੇ ਵੱਲੋਂ ਜੀ ਉਪੋਜੀ ਨੌਜਵਾਨ ਵੀ ਰਹਿੰਦੇ ਨੇ ਹਾਂਜੀ ਤੁਸੀਂ ਬਹੁਤ ਸੋਹਣਾ ਗੀਤ ਗਾਇਆ ਜੀ ਤੁਸੀਂ ਹਰ ਵਰਗ ਦੇ ਗੀਤ ਗਾਏ ਨੇ ਹਨਾ ਦਰਸ਼ਕਾਂ ਨੇ ਉਹ ਗੀਤਾਂ ਨੂੰ ਪਿਆਰ ਵੀ ਬਹੁਤ ਦਿੱਤਾ ਹੈਗਾ ਜੀ ਤੇ ਪਰ ਜਦੋਂ ਹੁਣ ਮੰਨ ਲਓ ਆਪਾਂ ਮੰਨਦੇ ਹਾਂ ਤੁਹਾਡੇ ਤੇ ਪਿੱਛੇ ਮਾੜਾ ਸਮਾਂ ਆ ਗਿਆ ਸੀ ਚਲੋ ਦਰਸ਼ਕਾਂ ਦੀ ਸਹਿਯੋਗ ਨਾਲ ਹਨਾ ਜਿਨ੍ਹਾਂ ਨੇ ਬਹੁਤ ਤੁਹਾਨੂੰ ਹੰਡਾਰਾ ਦਿੱਤਾ ਉਹ ਕਿਤੇ ਨਾ ਕਿਤੇ ਕੁਝ ਹਲਾ ਸੁਧਰੇ ਵੀ ਨਹੀਂ ਹਨਾ ਜੀ ਤੇ ਜਿਹੜੇ ਰਹਿ ਗਏ ਉਹ ਕਿਤੇ ਨਾ ਕਿਤੇ ਅੱਗੇ ਹੋਰ ਮਹਾਰਾਜ ਕਿਰਪਾ ਕਰੂਗਾ ਤੇ ਜਿਹੜੇ ਭਰਾ ਨੇ ਉਹਨਾਂ ਦੀ ਸਹਿਯੋਗ ਨਾਲ ਦੁਬਾਰਾ ਫਿਰ ਚੰਗੇ ਆ ਜਾਣਗੇ ਜੀ ਪਰ ਜਿਸ ਟਾਈਮ ਤੁਹਾਡੇ ਬਹੁਤ ਜਿਆਦੇ ਚੰਗੇ ਦਿਨ ਸੀਗੇ ਜਦੋਂ ਪੂਰੇ ਖਾੜੇ ਲੱਗਦੇ ਸੀਗੇ ਉਦੋਂ ਦੇ ਕੋਈ ਐਦਾਂ ਦੀ ਖੱਟੀ ਮਿੱਠੀ ਯਾਦ ਸਾਂਝੀ ਕਰੋ ਵੀ ਜਿਹੜੀ ਤੁਹਾਨੂੰ ਅਜੇ ਵੀ ਮਨ ਨੂੰ ਸਕੂਨ ਜੀ ਦਿੰਦੀ ਹੋਵੇ ਖੱਟੀਆਂ ਮਿੱਠੀਆਂ ਯਾਦਾਂ ਜੀ ਕਈ ਵਾਰੀ ਚਲੋ ਦਿਮਾਗ 'ਚ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਰਹਿੰਦੀਆਂ ਬਾਕੀ ਇੱਧਰ ਇਹਨਾਂ ਨੂੰ ਪਤਾ ਜੀ ਸਾਰਾ ਇਹਨਾਂ ਦਾ ਪੜੇ ਲਿਖਿਆ ਮੈਂ ਥੋੜੇ ਜਣਪੜ੍ਹ ਹੋਰ ਕਰਕੇ ਨਾ ਜੇ ਮੈਨੂੰ ਵੈਸੇ ਵੀ ਬੀਬੀਆਂ ਦਾ ਦਿਮਾਗ ਜ਼ਿਆਦਾ ਹੁੰਦਾ ਨਾ ਜੀ ਨੇ ਇੱਕ ਯਾਦ ਹੀ ਆ ਜੀ ਕਿਉਂਕਿ ਅਸੀਂ ਪੁਲੱਥ ਪਿੰਡ ਗਏ ਸੀ ਖਾੜਾ ਲੋਣ ਉੱਥੇ ਕੁੜੀਆਂ ਦੇ ਵਿਆਹ ਕੀਤੇ ਗਏ ਸੀ ਤੇ ਮੇਰੀ ਸਭ ਤੋਂ ਵੱਡੀ ਯਾਦ ਉਹ ਹੀ ਆ ਕਿ ਸਾਨੂੰ ਘੋੜੀ ਤੇ ਲੈ ਕੇ ਗਏ ਸੀ ਕਿਉਂਕਿ ਉੱਥੇ ਰਸਮ ਸੀਗੀ ਜੀ ਹਰ ਸਿੰਗਰ ਕੋਈ ਵੀ ਬੁੱਕ ਹੋ ਕੇ ਜਾਂਦਾ ਸੀਗਾ ਸਾਡੇ ਤੋਂ ਪਹਿਲਾਂ ਹੋਰ ਵੀ ਬਹੁਤ ਸਿੰਗਰ ਆ ਉੱਥੇ ਬੁੱਕ ਹੋ ਕੇ ਗਏ ਨੇ ਤੇ ਉਹਨਾਂ ਦੀ ਇੱਕ ਰਸਮ ਸੀ ਕਿ ਘੋੜੀ ਤੇ ਲੈ ਕੇ ਜਾਂਦੇ ਸੀਗੇ ਸਿੰਗਰ ਨੂੰ ਯਾਨੀ ਕਿ ਸਟੇਜ ਤੇ ਜਦੋਂ ਲੈ ਕੇ ਜਾਂਦੇ ਸੀ ਘੋੜੀ ਤੇ ਲੈ ਕੇ ਜਾਂਦੇ ਸੀ ਘਰੋਂ ਜੀ ਘਰ ਤੋਂ ਸਟੇਜ ਤੱਕ ਘੋੜੀ ਤੇ ਲੈ ਕੇ ਜਾਂਦੇ ਸੀਗੇ ਜੀ ਤੇ ਸਾਨੂੰ ਦੱਸਿਆ ਉਹਨਾਂ ਨੇ ਬਾਅਦ ਚ ਆਜਾ ਜਦੋਂ ਸਰੇ ਰੈਡੀ ਰੂਟੀ ਹੋ ਕੇ ਨਾ ਤੇ ਕਹਿੰਦੇ ਵੀ ਅਸੀਂ ਕਦੇ ਵੀ ਰੈਡੀ ਹੋ ਗਏ ਜੀ ਕਹਿੰਦੇ ਹਾਂ ਅਸੀਂ ਕਦੇ ਵੀ ਹਾਂ ਹੋ ਗਏ ਰੈਡੀ ਚਲੋ ਫਿਰ ਚੱਲੀਏ ਵੀ ਸਾਨੂੰ ਐਸੇ ਵੀ ਲੈ ਕੇ ਜਾਣਗੇ ਤੇ ਉਹਨਾਂ ਨੇ ਘੋੜੀ ਖੜਾਤੀ ਜਿਹਾ ਕੇ ਅੱਛਾ ਇਹ ਤਾਂ ਛਾਲ ਮਾਰ ਕੇ ਸਾਭ ਜੀ ਬੈਠ ਕੇ ਤੇ ਮੈਨੂੰ ਬੜਾ ਡਰ ਲੱਗਾ ਉਸ ਟਾਈਮ ਵੀ ਮੈਂ ਕਹਦੇ ਚਲੋ ਬੈਠੀ ਨਹੀਂ ਘੋੜੀ ਤੇ ਜਾਂ ਮਾਂ ਦੇ ਵਿੱਚ ਡਰ ਸੀਗਾ ਤੇ ਇਹ ਬੈਠ ਕੇ ਤੇ ਮੈਂ ਕਿਹਾ ਵੀ ਮੈਂ ਤਾਂ ਨਹੀਂ ਬਹਿਣਾ ਮੈਨੂੰ ਤਾਂ ਡਰ ਲੱਗਦਾ ਘੋੜੀ ਤੋਂ ਤੇ ਉਹਨਾਂ ਦੀਆਂ ਸਾਰਾ ਪਰਿਵਾਰ ਬੱਚੇ ਬੁੜੀਆਂ ਸਾਰੇ ਸੀਗੇ ਤੇ ਉਹਨਾਂ ਨੇ ਜੀ ਕੁਰਸੀ ਡਾ ਲੀ ਨਾਲ ਕੁੜੀ ਤੇ ਮੈਨੂੰ ਤਾਂ ੱੱਕੇ ਨਾਲ ਹੀ ਚੜਾਤਾ ਜੀ ਉਹਨਾਂ ਨੇ ਉਸ ਟਾਈਮ ਨੂੰ ਬੜਾ ਡਰ ਲੱਗਾ ਸੀਗਾ ਜੀ ਬਸ ਇਹੀ ਜ਼ਿਆਦਾ ਸਾਡੀ ਇੱਥੋਂ ਲੈ ਕੇ ਸਾਨੂੰ ਫਿਰ ਸਟੇਜ ਤੇ ਉਹਨਾਂ ਨੇ ਕੁੜੀ ਤੇ ਲੈ ਕੇ ਗਏ ਉੱਥੇ ਤਾਰੇ ਜਾ ਕੇ ਸਭ ਤੋਂ ਵੱਡੀ ਸਾਡੀ ਹਾਸੇ ਵਾਲੀ ਵੀ ਆ ਤੇ ਜਲੋ ਵੀ ਇਹਨਾਂ ਦੀ ਰਸਮ ਵੀ ਸੀ ਸਾਡਾ ਵੀ ਮਨੋਰੰਜਨ ਵੀ ਹੋਇਆ ਉਸ ਟਾਈਮ ਕਿ ਅਸੀਂ ਇਹ ਪਹਿਲੀ ਵਾਰ ਸਾਨੂੰ ਮੌਕਾ ਮਿਲਿਆ ਚੀਜ਼ ਦਾ ਅੱਛਾ ਪ੍ਰੋਗਰਾਮ ਵੀ ਅੱਛਾ ਰਿਹਾ ਸਾਡਾ ਫਸਟ ਟਾਈਮ ਨਹੀਂ ਜਾਂਦੇ ਕਿ ਸਾਡੀ ਵਧੀਆ ਮਿੱਠੀ ਯਾਦ ਹੈ ਜਾਨਕਿ ਇਦਾਂ ਦੇ ਲੋਕ ਨਹੀਂ ਬਹੁਤ ਪਿਆਰ ਬਖਸ਼ਦੇ ਹੁੰਦੇ ਆ ਇਨਸਾਨ ਦੇ ਜੀ ਹੋਰ ਵੀ ਬਹੁਤ ਨੇ ਮਤਲਬੀ ਅਸੀਂ ਲਾਇਖਾੜੇ ਇੱਕ ਇਧਰ ਅਸੀਂ ਹੋਰ ਜਲੰਧਰ ਜ਼ਿਲ੍ਹੇ ਚ ਲੱਗੇ ਸੀ ਬਾਬਾ ਜੀ ਦੇ ਸ਼ਰਾਬ ਚੜਦੀ ਹੈ ਮੇਰੇ ਖਿਆਲਾਂ ਨਹੀਂ ਉਹ ਉਧਰ ਸੀ ਹਾਂ ਜੀ ਫਿਰੋਜ਼ਪੁਰ ਅਨੀ ਬਾਡਰ ਤੇ ਹਾਂ ਬਾਡਰ ਤੇ ਗਏ ਸੀ ਫਿਰੋਜ਼ਪੁਰ ਵਾਲੇ ਜਦੋਂ ਝੋਨੇ ਸੀਗੇ ਜੀ ਹਾਂ ਜੀ ਹਾਂ ਜੀ ਪਹੀ ਜਾਂਦੀ ਸੀ ਪਹੀ ਵਿੱਚ ਦੀ ਟ੍ਰੈਂਪੂ ਰਵਾਂ ਲੈ ਕੇ ਇੱਥੇ ਖੇਤਾਂ 'ਚ ਪ੍ਰੋਗਰਾਮ ਸੀਗੇ ਜਿੱਤੇ ਤੇ ਜਦੋਂ ਅਸੀਂ ਗੱਡੀ ਲਈ ਜਾ ਕੇ ਬੜਾ ਕੱਠ ਸੀ ਬਹੁਤ ਜਿਆਦਾ ਮਨ ਲੇਡੀਜ਼ ਨਹੀਂ ਸੋ ਉੱਥੇ ਜਾਂਦੀ ਸੀ ਸਿਰ ਭਜਾਈ ਨਹੀਂ ਸੀ ਜਾਂਦੀ ਸੀ ਕੋਈ ਦਾਰੂ ਚੜਦੇ ਸੀ ਨਾ ਉੱਥੇ ਤੇ ਸਾਨੂੰ ਪ੍ਰੋਗਰਾਮ ਵਧੀਆ ਰਿਹਾ ਸਾਡਾ ਚੱਲ ਰਿਹਾ ਸੀ ਪ੍ਰੋਗਰਾਮ ਤੇ ਪਰ ਥੋੜਾ ਸ਼ਰਾਬੀਆਂ ਦੇ ਵਿੱਚ ਥੋੜਾ ਔਖਾ ਹੋ ਜਾਂਦਾ ਜੀ ਜਦੋਂ ਚੱਲ ਰਿਹਾ ਸੀ ਪ੍ਰੋਗਰਾਮ ਤੇ ਪੂਰਾ ਜੋਰੋ ਜੋਰ ਪਧਿਆ ਪ੍ਰੋਗਰਾਮ ਚੱਲ ਰਿਹਾ ਸੀ ਤੇ ਅਸੀਂ ਸਾਡਾ ਸਮਾਂ ਪੂਰਾ ਹੋ ਚੁੱਕਿਆ ਸੀ ਕਿ ਜਿਹੜਾ ਆਪਣਾ ਮਿੱਥਿਆ ਸਮਾਂ ਹੁੰਦਾ ਕਲਾਕਾਰ ਦੇ 2 ਘੰਟੇ ਤੇ ਅਸੀਂ ਆਪਣਾ ਪ੍ਰੋਗਰਾਮ ਬੋਲੀਆਂ ਪਾ ਕੇ ਖਤਮ ਕਰਤਾ ਜੀ ਤੇ ਅਸੀਂ ਗੱਡੀ 'ਚ ਬੈਠਣ ਲੱਗੇ ਬੈਠ ਹੀ ਗਏ ਸੀ ਜੀ ਗੱਡੀ 'ਚ ਤਕਰੀਬਨ ਤੇ ਉਸ ਟਾਈਮ ਇਹ ਵੀ ਸਾਡੀ ਬਹੁਤ ਵੱਡੀ ਯਾਦ ਆ ਕਿ ਇਸ ਰੱਬ ਨੇ ਸਾਡੀ ਪਿੱਛੋਂ ਗੱਡੀ ਚੱਕਤੀ ਜੀ ਆ ਕੇ ਵੀ ਉਹ ਕਹਿੰਦੇ ਵੀ ਸਾਨੂੰ ਇੱਕ ਦੋ ਸੌਂਗ ਹੋਰ ਸੁਣਾ ਕੇ ਉਹ ਇੱਕ ਜੀਜਾ ਸਾਲੀ ਦਾ ਉਹਨਾਂ ਦੀ ਡਿਮਾਂਡ ਸੀ ਕਿ ਜੀਜਾ ਸਾਲੀ ਦਾ ਬਾਸ ਸਿੰਘ ਦਾ ਗੀਤ ਸੁਣਾ ਕੇ ਜਾਓ ਥੋੜਾ ਗਰਮ ਵੀ ਹੋ ਗਏ ਸੀ ਬੰਦੇ ਪਰ ਨਹੀਂ ਅਸੀਂ ਉਸ ਟਾਈਮ ਮੈਨੇਜ ਕਰ ਲਿਆ ਸੀ ਕਿ ਨਹੀਂ ਵੀ ਮੈਂ ਇਹਨਾਂ ਨੂੰ ਕਿਹਾ ਨਹੀਂ ਆਪਾਂ ਇੱਕ ਦੋ ਸੌਂਗ ਇਹਨਾਂ ਨੂੰ ਹੋਰ ਸੁਣਾਣੇ ਆ ਉਹਦੋਂ ਕਮੇਟੀ ਵਾਲੇ ਆਗੇ ਸਾਨੂੰ ਫੇਰ ਦੁਬਾਰਾ ਸਟੇਜ ਤੇ ਲਜਾਇਆ ਗਿਆ ਅਸੀਂ ਦੋ ਨਹੀਂ ਫਿਰ ਤਿੰਨ ਚਾਰ ਗੀਸ ਉਹਨਾਂ ਨੂੰ ਸੁਣਾ ਕੇ ਗਿਆ ਜੀ ਬਹੁਤ ਉਹਨਾਂ ਨੂੰ ਵੀ ਖੁਸ਼ੀ ਮਿਲੀ ਸਾਨੂੰ ਵੀ ਮਿਲੇ ਆ ਕਿ ਚਲੋ ਐਨੇ ਨਾਲ ਵਧੀਆ ਹੁੰਦਾ ਕਿ ਅਗਰ ਸਰੋਤਿਆਂ ਦੀ ਵੀ ਡਿਮਾਂਡ ਪੂਰੀ ਹੋ ਗਈ ਅਸੀਂ ਵੀ ਆਪਣਾ ਸਮਾ ਅਸੀਂ ਜਿਹੜਾ ਕਲਾਕਾਰਾਂ ਨੂੰ ਕਈ ਵਾਰੀ ਆਪਣਾ ਬਚਾਅ ਵੀ ਕਰਨਾ ਪੈਂਦਾ ਹੈ ਕਈ ਵਾਰੀ ਸਮਾ ਕੋਈ ਇਦਾਂ ਦਾ ਆ ਜਾਂਦਾ ਵਲਾਂ ਇਦਾਂ ਦੀ ਕੋਈ ਗੱਲ ਨਹੀਂ ਮਰ ਅਸੀਂ ਆਪਣਾ ਸਾਰਾ ਕਲਾਕਾਰ ਮੈਨੇਜ ਕਰ ਲੈਂਦੇ ਹਾਂ ਇਹ ਸਾਡੀ ਸਭ ਤੋਂ ਵੱਡੀ ਜਾਂ ਹਾਂਜੀ 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 ਤੇ ਹੁਣ ਜਿਵੇਂ ਮੰਨ ਲਓ ਤੁਹਾਡੀਆਂ ਤਕਰੀਬਨ ਸਾਰੀ ਇੰਟਰਵਿਊ ਜੇ ਪਤਾ ਲੱਗਿਆ ਬਾਈ ਨਾਲ ਵੀ ਗੱਲ ਕੀਤੀ ਸੀ ਤੁਹਾਡੇ 20 ਤੋਂ ਉੱਪਰ ਕੈਸਟ ਆ ਜਾਣੇ ਦੋਨੋਂ ਨੇ ਹਾਂ ਬਿਲਕੁਲ ਆ ਜਾਣੇ ਤੇ ਜ਼ਿੰਦਗੀ ਦਾ ਬਹੁਤ ਉਤਰਾ ਚੜਾ ਰਲ ਸਮਾਂ ਵੀ ਰਹੇਗਾ ਉਹਦੇ ਬਾਰੇ ਉਹ ਉਤਰਾ ਚੜਾ ਜੀ ਥੋੜਾ ਗਰੀਬੀ ਚ ਉੱਠੇ ਆਗੇ ਥੋੜਾ ਹੁੰਦਾ ਹੀ ਆ ਜੀ ਜੇ ਤਾਂ ਕਹਿੰਦੇ ਨੇ ਜੜ ਤੱਕੜੀ ਹੋਵੇ ਫਿਰ ਪੱਤੇ ਵੀ ਤੱਕੜੇ ਹੁੰਦੇ ਆ ਥੋੜਾ ਜਿਹਾ ਚਲੋ ਇਹੀ ਲਾ ਲਓ ਕਿ ਗਰੀਬੀ ਦੀ ਮਾਰ ਚ ਥੋੜਾ ਜਿਹਾ ਉੱਠੇ ਸੀਗੇ ਚਲੋ ਪ੍ਰਮਾਤਮਾ ਨੇ ਬਹੁਤ ਸੁਣ ਲਈ ਸੀ ਫਾਈਨ ਟੋਨ ਚ ਸਾਡੀਆਂ ਟੇਪਾਂ ਤੇ ਟੇਪਾਂ ਕੀਤਾਂ ਗਾਇਆਂ ਨੇ ਮਤਲਬ ਇਹਦੀ ਆਵਾਜ਼ ਤਖੜੀ ਸੀ ਆਵਾਜ਼ ਸੁਣੀ ਇਹਨਾਂ ਦੀ ਤੇ ਮੈਨੂੰ ਵੀ ਇਹਨਾਂ ਨੇ ਸੁਣਿਆ ਸਟੇਜ ਤੇ ਸੁਣਿਆ ਇੱਧਰ ਅਸੀਂ ਖਾੜਾ ਲਾਉਣਾ ਮਤਲਬ ਪਹਿਲਾਂ ਮੈਂ ਕੱਲੀ ਵੀ ਗਾਉਂਦੀ ਸੀ ਇਦਾਂ ਹੋਰ ਵੀ ਸਿੰਗਰਾਂ ਨਾਲ ਮੈਂ ਕਾਫੀ ਕੰਮ ਕੀਤਾ ਤੇ ਫਿਰ ਇਹਨਾਂ ਨੇ ਕਿਹਾ ਕਿ ਜੇ ਤੁਸੀਂ ਮੇਰੇ ਨਾਲ ਟੇਪ ਕਰਵਾਓ ਤੇ ਮੈਂ ਕਿਹਾ ਹਾਂ ਜੀ ਜ਼ਰੂਰ ਕਰਾਵਾਂਗੇ ਫਿਰ ਪਹਿਲੇ ਸਟੇਪ ਸਾਡੀ ਟਾਂਗੇ ਵਾਲੀ ਉਸ ਤੋਂ ਪਟਾਂਗੇ ਵਾਲ ਟੇਪ ਤੋਂ ਪਹਿਲਾਂ ਸੀ ਪੰਜਾਬ ਦਾ ਪੂਰਾ ਟੂਰ ਲਾਇਆ 26 ਜਿਹਾਂ ਦਾ ਜੀ ਤੇ ਬੋਟਾਂ ਵਾਲਾ ਨਾਲ ਸਾਡਾ ਪ੍ਰੋਗਰਾਮ ਸੀਗਾ ਜੀ ਮਰਾ ਪੂਰੇ 26 ਜ਼ਿਲ੍ਹਿਆਂ ਦਾ ਚੰਡੀਗੜ੍ਹ ਤੱਕ ਰਸੀ ਕੈਂਟਰ ਤੇ ਸਟੇਜ ਉਹਨਾਂ ਨੇ ਪੱਕੀ ਲਾਈ ਹੋਈ ਸੀ ਤੇ ਉਹ ਵੀ ਸਾਨੂੰ ਯਾਦ ਬਹੁਤ ਆਉਂਦੀ ਹੈ ਜਿਵੇਂ ਕਿ ਹਰ ਪਿੰਡ ਦੇ ਵਿੱਚ ਸਾਨੂੰ ਬਹੁਤ ਖੁਸ਼ੀ ਮਿਲੀ ਲੋਕਾਂ ਨੇ ਬਹੁਤ ਪਰ ਮੰਗਾ ਰ ਅ ਦਿੱਤਾ ਮਦਲ ਟਾਂਗੇ ਵਾਲਾ ਗੀਤ ਅਸੀਂ ਜੀ 6-7 ਮਹੀਨੇ ਪਹਿਲਾਂ ਪਪੂਲਰ ਹੋ ਚੁੱਕਿਆ ਸੀ ਸਾਡਾ ਸਰੋਤਾ ਨੇ ਪਹਿਲੀ ਵਾਰ ਮੰਗਾ ਰ ਦਿੱਤਾ ਸੀ ਟਾਂਗੇ ਵਾਲੀ ਟੋਕ ਉਹ ਕਈ ਵਾਰੀ ਤਾਂ ਨਾਂ ਵੀ ਹੋਰ ਹਿਸਾਬ ਨਾਲ ਲੈ ਲੈਂਦੇ ਸੀ ਅਸੀਂ ਸਰਦੂਲ ਗਾਰਡਨ ਅੰਨੀ ਆਏ ਉਹਦੇ ਵਿੱਚ ਕੋਈ ਫੈਕਟਰੀ ਬੁੱਲੇ ਵੀ ਅਬਾਸ ਸਿੰਘ ਬਾਸ ਸਿੰਘ ਤੇ ਸੁਖੀ ਦੇ ਆ ਕੇ ਵਿਚਾਰ ਸੁਣੋ ਹਾਂਜੀ ਸਰ ਉਹ ਤੇ ਉਹਦੋਂ ਨਾਂ ਥੋੜਾ ਜੀ ਹਾਂਜੀ ਠੀਕ ਆ ਹੁੰਦਾ ਨਾਂ ਪੂਰਾ ਉਹਦੋਂ ਨਾਲ ਨਹੀਂ ਪਤਾ ਸੀਗਾ ਜਿਉਂ ਉਹਨਾਂ ਨੂੰ ਪੂਰਾ ਨਾਂ ਤਾਂ ਜੀ ਸਾਡਾ ਫਿਰ ਤੁਹਾਨੂੰ ਤੁਹਾਨੂੰ ਵੀ ਇਸ ਗੱਲ ਦੀ ਜਾਣਕਾਰੀ ਹੈ ਕਿ ਚਲੋ ਸਾਹਮਣੇ ਸਾਨੂੰ ਦਿਖਾਇਆ ਨਹੀਂ ਗਿਆ ਕਈ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਕਿ ਬਾਸ ਸਿੰਘ ਬਾਜ ਕੌਣ ਹੈ ਹੁਣ ਸਾਨੂੰ ਥੋੜਾ ਜਿਹਾ ਇੱਕ ਹੁਣ 2-3 ਸਾਲਾਂ ਤੋਂ ਲੋਕਡਾਊਨ ਤੋਂ ਪਹਿਲਾਂ ਅਸੀਂ ਇੱਕ ਦੋ ਸਾਡੇ 버ਗਰ ਵਾਲ ਤੁਹਾਨੂੰ ਕੀ ਸੁਣਾਈ ਹੈ ਇਹ ਇਹਨਾਂ ਨੇ ਬਿਨਾ ਪੱਗ ਤੋਂ ਆਪਣਾ ਰੂਪਰੂ ਕੀਤਾ 3 ਦੀ ਲੋੜੀ ਸਾਡੇ ਲੁਧਿਆਣੇ ਚ ਮਨਾਈ ਜਾਂਦੀ ਹੈ ਤੇ ਉੱਥੇ ਇਹਨਾਂ ਨੇ ਸੌਂਗ ਆਇਆ ਸੀਗਾ ਜੀ ਠੀਕ ਉੱਥੋਂ ਥੋੜੀ ਸਾਡੀ ਪਹਿਚਾਣ ਹੋਈ ਕਿ ਅਸੀਂ ਖੋਦੀ ਸਾਡੀ ਸਟੇਜ ਤੇ ਅਸੀਂ ਇਦਾਂ ਪਰਫਾਰਮੈਂਸ ਕੀਤੀ ਤੇ ਸਰੋਤਾ ਦੇ ਸਾਹਮਣੇ ਆਏ ਤਾਂ ਸਾਡੀ ਪਹਿਚਾਣ ਬਣੀ ਗਈ ਹਾਂਜੀ ਫਿਰ ਜਿਹੜਾ ਤੁਸੀਂ ਕਹਿੰਦੇ ਹੋ ਜੀ ਇਹ ਤਾਂ ਸਮਾ ਹੁਣ ਇਹਨਾਂ ਤੇ ਥੋੜਾ ਜਿਹਾ ਕੋਈ ਇਹੋ ਜਿਹਾ ਬਾਵਾ ਆ ਗਈ ਸੀ ਜਾਂ ਸਮਾ ਆ ਗਿਆ ਸੀ ਕਿ ਥੋੜਾ ਇਹਨਾਂ ਨੂੰ ਪ੍ਰੋਬਲਮਾਂ ਆ ਗਈਆਂ ਚਲੋ ਪ੍ਰਮਾਤਮਾ ਕਰੇਗਾ ਜੀ ਮਾਈਗਰ ਉਹਨਾਂ ਤੇ ਕਿਰਪਾ ਕਰੇਗਾ ਮੈਂ ਵੀ ਇਹਨਾਂ ਦਾ ਸਾਥ ਦੇਵਾਂਗੀ ਚਲੋ ਮੇਰੇ ਦੇ ਦਿਮਾਗ ਦੇ ਵਿੱਚ ਕੋਈ ਸੀ ਕਿ ਜਾਂ ਮੇਰੇ ਘਰੇਲੂ ਇਹ ਤਾਂ ਮਸਲੇ ਹੁੰਦੇ ਆ ਜੀ ਹਰ ਇਨਸਾਨ ਦੇ ਕੁਝ ਦੱਸੇ ਨਹੀਂ ਜਾ ਸਕਦੇ ਕੁਝ ਹੁੰਦੀਆਂ ਗੱਲਾਂ ਪਰ ਮੈਂ ਇਹਨਾਂ ਦਾ ਜਰੂਰ ਸਾਥ ਦੇਵਾਂਗੀ ਹੁਣ ਮੈਂ ਇਹਨਾਂ ਦੇ ਨਾਲ ਖੜੀ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਤੇ ਕੰਮ ਕਰਾਂਗੇ ਖੁੱਲ ਕੇ ਜੀ ਇਹ ਸਾਡੀ ਸਰੋਤਿਆਂ ਨੂੰ ਬੇਨਤੀ ਹੈ ਕਿ ਇਹਨਾਂ ਦਾ ਸਾਥ ਦੇਣ ਜੀ ਦੇ ਭਾਈ ਹੁਣ ਜਿਵੇਂ ਮੰਨ ਲਓ ਆਪਣੀ ਗੱਲਬਾਤ ਹੋਈ ਤੁਸੀਂ ਦੱਸਿਆ ਕਿ ਤੁਹਾਡੇ ਜਾਨ ਕਿਹੜੇ ਚਿਹਰੇ ਤੇ ਰੌਣਕ ਹੈ ਉਹ ਦੱਸਦੀ ਹੈ ਕਿ ਤੁਹਾਡੇ ਹਾਲਾਤ ਬਦਲ ਗਏ ਹਨ ਸਭ ਕੁਝ ਹਾਂਜੀ ਉਹ ਤਾਂ ਬਦਲਨੇ ਜਮੇ ਆ ਦੇਸ਼ਾਂ ਦੀਆਂ ਤੋਂ ਫੋਨ ਵੀ ਆਏ ਵੀ ਪਰ ਫਿਰ ਵੀ ਆਪਾਂ ਜੇ ਸਿੱਧਮ ਸਿੱਧੀ ਜੀ ਗੱਲ ਕਰੀਏ ਵੀ ਤੁਹਾਨੂੰ ਕੁਝ ਪੈਸੇ ਪੱਖੋਂ ਵੀ ਸਪੋਰਟ ਹੋਈ ਹੈ ਜਾਂ ਮੰਨ ਲਓ ਕੱਲੇ ਵੈਸੀ ਹਲਾਰਾ ਮਿਲਿਆ ਜੇ ਦੇਖੋ ਜੀ ਸਪੋਰਟ ਇਹ ਹੈ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਮੇਰਾ ਮੇਰੇ ਵਾਸਤੇ ਅ ਕੈਨੇਡਾ ਅਮਰੀਕਾ ਤੋਂ ਸਭ ਤੋਂ ਪਹਿਲਾਂ ਮੈਨੂੰ ਹਾਰਮੋਨੀਅਮ ਦੀ ਸਪੋਰਟ ਕੀਤੀ ਹੈ ਜੀ ਕਿਉਂਕਿ ਇੱਕ ਰੂਹ ਦੀ ਖਰਾਕ ਹੈ ਜੀ ਸੰਗੀਤ ਉਹਦੇ ਨਾਲ ਹੀ ਮੈਂ ਮਿਹਨਤ ਕਰ ਸਕਦਾ ਹਾਂ ਰਿਆਜ਼ ਕਰ ਸਕਦਾ ਹਾਂ ਤੇ ਮੇਰੇ ਵੀਰ ਭਰਾ ਕੈਨੇਡਾ ਵੈਰਕਾ ਤੋਂ ਬੈਠੇ ਜਿਹੜੇ ਮੈਨੂੰ ਕਿਰਾਏ ਦੀ ਵੀ ਮਦਦ ਕੀਤੀ ਹੈ ਜਿਹੜਾ ਮੈਂ ਕਿਰਾਇਆ ਵੀ ਕਲੀਅਰ ਕਰ ਚੁੱਕਿਆ ਜੀ ਹੁਣ ਮੈਂ ਇੱਕ ਹੋਰ ਲਿਆ ਜੀ ਮਕਾਨ ਕਿਰਾਏ ਤੇ ਉੱਥੋਂ ਸ਼ਿਫਟ ਕਰਤਾ ਸੀਗਾ ਉੱਥੇ ਲਾਈਟ ਹੈ ਨਹੀਂ ਸੀ ਫਿਰ ਮੈਂ ਮੀਟਰ ਵਾਲੇ ਥਾਂ ਆ ਗਿਆ ਸੀ ਉਹਦਾ ਥੋੜਾ ਜਿਹਾ ਕਿਰਾਇਆ ਹੈਗਾ ਵੱਧ ਚਲੋ ਉਹ ਵੀ ਮੇਰਾ ਇਸ ਤਰ੍ਹਾਂ ਹੀ ਚੱਲਦਾ ਰਹੂਗਾ ਜੀ ਫੋਨ ਮੈਨੂੰ ਬਹੁਤ ਆਉਂਦੇ ਜੀ ਤੇ ਕਾਫੀ ਬੰਦਿਆਂ ਦੇ ਇਸ ਤਰ੍ਹਾਂ ਦੇ ਫੋਨ ਆਏ ਵੀ ਕੋਈ ਨਹੀਂ ਬਈ ਅਸੀਂ ਜਨਵਰੀ ਫਰਵਰੀ ਦੀ ਚਾਹ ਮੰਗ ਤੇ ਕੋਈ ਨਹੀਂ ਤੇਰਾ ਮਕਾਨ ਵੀ ਜ਼ਰੂਰ ਪਰਵਾਵਾਂਗੇ ਤੇ ਮੈਨੂੰ ਤਾਂ ਇੰਨੇ ਹੌਸਲਾ ਬਾਦ ਆ ਜਿਹੜੇ ਮੇਰੇ ਭਰਾ ਦੇਸ਼ਾਂ ਪਰਦੇਸਾਂ ਦੇ ਵਿੱਚ ਬੈਠੇ ਪੰਜਾਬੀ ਵੀਰ ਆਪਣੀ ਨੇਕ ਕਮਾਈ ਦੇ ਵਿੱਚੋਂ ਮੈਨੂੰ ਫੇਰ ਵੀ ਤਿਲ ਫੁੱਲ ਦਿੰਦੇ ਨੇ ਮੈਂ ਇੰਨਾ ਸ਼ੁਕਰਗੁਜ਼ਾਰ ਕਰਦਾ ਮੈਂ ਇਹ ਕਹਣਾ ਮੇਰੇ ਮਾਲਕਾ ਬਾਬਾ ਨਾਨਕਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੀ ਇਸ ਪਰਿਵਾਰ ਨੂੰ ਇਹਨਾਂ ਦੇ ਬੱਚਿਆਂ ਨੂੰ ਜਿਹੜੇ ਮੇਰੇ ਸਪੋਰਟ ਕਰ ਰਹੇ ਨੇ ਹਾਂਜੀ 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 ਤੇ ਬਾਕੀ ਆ ਜੀ ਜੋ ਗੀਤ ਅਸੀਂ ਕਰ ਰਹੇ ਹਾਂ ਹੁਣ ਵੀ ਮੈਂ ਇਸ ਤਰ੍ਹਾਂ ਕਹਾਂਗਾ ਵੀ ਜਿਹੜਾ ਅਸੀਂ ਗੀਤ ਕੀਤਾ ਜਾਂ ਕਰਾਂਗੇ ਤੇ ਤੁਸੀਂ ਉਹਦੇ ਚ ਵੀ ਮੇਰੀ ਸਪੋਰਟ ਕਰੋ ਵੀ ਜਿਹੜਾ ਤੁਹਾਡੇ ਵਧੀਆ ਸੀ ਉਹਨੂੰ ਵਧੀਆ ਵੀਡੀਓ ਕਰਕੇ ਤੁਹਾਡੇ ਤੱਕ ਪਹੁੰਚਦਾ ਕਰੀਏ ਤੇ ਤੁਸੀਂ ਆਨੰਦ ਮਾਣੋ ਕਿਉਂਕਿ ਸਾਡੀ ਜ਼ਿੰਦਗੀ ਮੇਰੀ ਤਾਂ ਜਿੰਨੀ ਕ ਹੈਗੀ ਅਜੀ ਉਨੀ ਇੱਕ ਇਹ ਆ ਵੀ ਹੋਰ ਹਾਸਾ ਲਵਾ ਮੈਂ ਸਰੋਤਿਆਂ ਨੂੰ ਜੀ ਕਿਉਂਕਿ ਜ਼ਿਆਦਾ ਰਹਿ ਜਾਂਦੀਆਂ ਜੀ ਹਾਂਜੀ ਹਾਂਜੀ ਜ਼ਿਆਦਾ ਛੱਡ ਜੀ ਹੋਰ ਹੋਰ ਕੁਝ ਜਿਹੜਾ ਹਸਣ ਖੇਡਣ ਵਾਸਤੇ ਪਰਿਵਾਰ ਦੇ ਵਿੱਚ ਵਧੀਆ ਗੀਤ ਸੁਣਾ ਕੇ ਜਾਈਏ ਮੇਰੀ ਤਾਂ ਇਹੀ ਹਰ ਵੇਲੇ ਮੈਂ ਇਹੀ ਦੁਆ ਕਰਦਾ ਹਾਂ ਪ੍ਰਮਾਤਮਾ ਉਹ ਲੋਕਾਂ ਨੂੰ ਉਹ ਮੇਰੇ ਭਰਾਵਾਂ ਨੂੰ ਚੜ੍ਹਦੀ ਕਲਾ ਰੱਖੀ ਵੀ ਜਿਹਨਾਂ ਨੇ ਜਿਹੜੇ ਮੈਨੂੰ ਸਪੋਰਟ ਕਰਦੇ ਨੇ ਕੋਈ ਇਹਨਾਂ ਦੇ ਆਸਰੇ ਚਲੋ ਮੇਰਾ ਹੋਈ ਹੋਈ ਘਰ ਬਣ ਜੂਗਾ ਜੀ ਆਲਣਾ ਬਣ ਜੂਗਾ ਆਲਣਾ ਬਣਨਾ ਸਭ ਤੋਂ ਵੱਡੀ ਜ਼ਰੂਰਤ ਹੈ ਜੀ ਇਨਸਾਨ ਦੀ ਬਾਕੀ ਮੇਰਾ ਚੈਨਲ ਵੀ ਭਾਈ ਗੋਪੀ ਰਾਏ ਜੀ ਭਾਈ ਜੀ ਅਸੀਂ ਹੁਣ ਪਿੰਡਾਂ ਵਾਲੇ ਸਾਡੀ ਆਸ ਭਾਈ ਕਹਿੰਦੇ ਆ ਇਹ ਤਾਂ ਸਾਡਾ ਛੋਟਾ ਬੱਚੇ ਵਰਗਾ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਫੇਰ ਭਾਈ ਸੁਖਵੀਰ ਸੁਖਾ ਜੀ ਜਿਹੜੇ ਉਹਨਾਂ ਦਾ ਵੀ ਤੇ ਜਿਨ੍ਹਾਂ ਨੇ ਸਾਡਾ ਪਹਿਲਾ ਗੀਤ ਕਰਿਆ ਤਾਂ ਸੇਮ ਖਾਸ ਪੁਰੀ ਸੀ ਉਹਦਾ ਵੀ ਧੰਨਵਾਦ ਕਰਦੇ ਹਾਂ। ਹਾਂਜੀ ਇਸ ਤੋਂ ਬਣਾ ਹੋਰ ਜਨਨ ਕਿ ਜਿਹੜਾ ਤੁਸੀਂ ਗੀਤ ਸੁਣਾਇਆ ਤੁਹਾਡਾ ਇਹੀ ਆ ਰਿਹਾ ਜਾਂ ਇਸ ਤੋਂ ਬਣਾ ਹੋਰ ਵੀ ਤੁਹਾਡੇ ਨਵੇਂ Song ਆ ਰਹੇ ਨੇ ਕੋਈ। ਗੀਤ ਅਸੀਂ ਆ ਰਹੇ ਆ ਜੀ ਡਿਊਟ ਕਰਕੇ ਆ ਕੋ ਸੋਲੋ ਆ ਤਿੰਨ ਚਾਰ ਟਰੈਕ ਹੋਏ ਪਈ ਨੇ ਸੁਖਵੀਰ ਸੁਖੇ ਦੀ ਅਮੂਜ਼ਿਕ ਦੇ ਵਿੱਚ। ਅਸੀਂ ਉਮੀਦ ਕਰਦੇ ਹਾਂ ਵੀ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰਾਈਵੇ ਇਸ ਤੱਕ ਕਹਿੰਦੇ ਆ ਜੀ ਤੇ ਉਹਨਾਂ ਦੇ ਉਹਨਾਂ ਦਾ ਸਪੋਰਟ ਬਹੁਤ ਆ ਜੀ। ਸੁਖੇ ਦਾ ਇਸ ਸੁਖੇ ਦਾ ਤੇ ਮੈਡਮ ਪ੍ਰੀਤ ਦਾ ਵੀ ਕੁਝ ਜਦ ਜਾਣੇ ਆ ਜੀ ਬਹੁਤ ਹੀ ਸੇਵਾ ਕਰਦੇ ਭੱਜੇ ਕਰਦੇ ਵਿਚਾਰੇ ਤੇ ਮੈਂ ਤਾਂ ਇਹੀ ਕਹੂੰਗਾ ਜੀ ਜਿਹੜੇ ਗੀਤ ਸਾਡੇ ਹੋਏ ਪਿਆ ਸਰੋਤਿਆਂ ਨੂੰ ਜਿਹੜਾ ਪੰਜਾਬ ਤੋਂ ਬਾਹਰ ਮੇਰੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਭਰਾ ਬੈਠੇ ਨੇ ਵੀ ਸਾਡੀ سپورਟ ਵੀਡੀਓ ਵਾਸਤੇ ਜ਼ਰੂਰ ਕਰੋ ਵੀ ਅਸੀਂ ਹੋਰ ਤੁਹਾਡੇ ਵਾਸਤੇ ਵਧੀਆ ਕਰ ਸਕੀਏ ਐਨਾਂ ਹੀ ਮੈਂ ਕਹਿੰਦਾ ਤੇ ਹੁਣ ਜੇ ਤੁਸੀਂ ਦੱਸਿਆ ਕਿ ਕਈ ਗੀਤ ਹੋਏ ਪਏ ਨੇ ਤੁਸੀਂ ਹੋਰ ਜਾਣ ਜਾਂਦੇ ਕੋਈ ਦਰਸ਼ਕਾਂ ਨੂੰ ਗੀਤ ਸੁਣਾਉਣਾ ਚਾਹੋਗੇ ਹਾਂ ਜੀ ਜ਼ਰੂਰ ਸੁਣਾਉਣਾ ਚਾਹਾਂਗੇ ਬਾਕੀ ਤੁਸੀਂ ਆ ਵਰਸ਼ਨਜੀਤ ਬੈਠੇ ਹੋ ਤੁਹਾਡਾ ਹੁਕਮ ਚਾਹੀਦਾ ਸਰ ਮੱਥੇ ਨਹੀਂ ਨਹੀਂ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਬੱਚਿਆਂ ਤੁਹਾਡੇ ਹਾਂ ਜੀ Song ਸਾਡਾ ਹੈਗਾ ਜੀ ਇੱਕ ਫੋਟ ਟਰੈਕਟਰ ਤੇ ਅੱਛਾ ਗੀਤ ਸਰੋਤ ਨੇ ਬਹੁਤ ਪਸੰਦ ਵੀ ਕੀਤਾ ਹੈ ਤੇ ਉਸ ਤੁਹਾਨੂੰ ਸੁਣਾਵਾਂਗੇ ਸਰੋਤ ਦੇ ਸਾਹਮਣੇ ਪੇਸ਼ ਕਰਾਂਗੇ ਸਟੇਜਾਂ ਤੇ ਵੀ ਅਸੀਂ ਬਹੁਤ ਸੁਣਾਇਆ ਉਹ Song ਤੇ ਮੋੜ ਉਤੀ ਆ ਕਿ ਨਿਤ ਹਾਰਨ ਬਜਾਵੇਂ ਤੂੰ ਫੋੜੂ ਉੱਤੇ ਬੈਠਾ ਬੱਟ ਮੁੱਛਾਂ ਨੂੰ ਹੁਚੜਾਵੇਂ ਤੂੰ ਫੋੜੂ ਉੱਤੇ ਬੈਠਾ ਬੱਟ ਮੁੱਛਾਂ ਨੂੰ ਹੁਚੜਾਵੇਂ ਤੂੰ ਤੈਨੂੰ ਜਾਣਦੀ ਮੈਂ ਵੱਡੇ ਸਰਦਾਰਾਂ ਵਿਚਰਖਾ ਮੈਂ ਕਿਵੇਂ ਚੱਕਲਾਂ ਆਇ ਤੇ ਬੈਠ ਕੇ ਕਤੂ ਮੈਂ ਦਿਨ ਸਾਰਾ ਵਿਚਾਰਖਾ ਮੈਂ ਕਿਵੇਂ ਚੱਕਲਾਂ ਸੱਤ ਰੰਗੀ ਚੁੰਨੀ ਉਹ ਸੱਤ ਰੰਗੀ ਚੁੰਨੀ ਨੂੰ ਤੂੰ ਗੁਰੂ ਲਵਾ ਕੇ ਨਹੀਂ ਬੈਠ ਜਾਈ ਗਲੀ ਦੇ ਵਿੱਚ ਚਰਖਾ ਤੂੰ ਢਾਕੇ ਨਹੀਂ ਢਾਕੇ ਚਰਖਾ ਤੂੰ ਜੁਲਫਾ ਖਲਾਰੇ ਯਾਰਾਂ ਦਾ ਨੀਲਾ ਫੋੜ ਨੰਗਣਾ ਚੱਕ ਚਰਖਾ ਪਰਾਂ ਮਟਿਆਰੇ ਯਾਰਾਂ ਦਾ ਸੋਨਾ ਲੀਕਾ ਨੰਗਣਾ ਮੇਰੇ ਜਿਹੇ ਚੁਬਰਾ ਨੂੰ ਹੱਥਾਂ ਤੇ ਨਚਾਉਣਾ ਵੇ ਹਾਏ ਤੇਰੇ ਜਿਹੇ ਚੁਬਰਾ ਨੂੰ ਹੱਥਾਂ ਤੇ ਨਚਾਉਣਾ ਵੇ ਛੱਡ ਜੀਂਗਾ ਮੁਰੂ ਤੇ ਹਰਨ ਬਜਾਉਣਾ ਵੇ ਛੱਡ ਜੀਂਗਾ ਮੁਰੂ ਤੇ ਹਰਨ ਬਜਾਉਣਾ ਵੇ ਮੇਰਾ ਕੁੜੀਆਂ ਚ ਨਖਰਾਏ ਪਾਹਰਾ ਵਿਚਾਰ ਖਾਵੇਂ ਕਿਵੇਂ ਚੱਕ ਲਾਂ ਇੱਥੇ ਬੈਠ ਕੇ ਕਤੁ ਮੈਂ ਦਿਨ ਸਾਰਾ ਵਿਚਾਰ ਖਾਵੇਂ ਕਿਵੇਂ ਚੱਕ ਲਾਂ ਵਾ ਜਸਿਆ ਉਨੇ ਮਥਲੇ ਬੈਕੀ ਨੀ ਤੀ ਚਰਖਾ ਤੂੰ ਕੱਤੇ ਨੀ ਕੀ ਦੀ ਆ ਮਜਾਲ ਜੋਹੀ ਤੇਰੇ ਵੱਲ ਤੱਕੇ ਨੀ ਹੋ ਕੇ ਭਰਦੇ ਨੇ ਗੱਭਰੂ ਬਚਾਰੇ ਯਾਰਾਂ ਦਾ ਨੀਲਾ ਫੋੜ ਨੰਗਣਾ ਚੱਕ ਚਰਖਾ ਪਰ ਆ ਮਟਿਆਰੇ ਯਾਰਾਂ ਦਾ ਨੀਲਾ ਫੋੜ ਨੰਗਣਾ ਚੱਕ ਚਰਖਾ ਪਰ ਆ ਮਟਿਆਰੇ ਇਹ ਚਰਖਾ ਮੈਂ ਕਿਵੇਂ ਚੱਕ ਲਾਂ ਓ ਚੱਕ ਚਰਖਾ ਪਰ ਏ ਮਟਿਆਰੇ ਇਹ ਚਰਖਾ ਮੈਂ ਕਿਵੇਂ ਚੱਕ ਲਾਂ ਆ ਜੀ ਬਹੁਤ ਖੂਬ ਬਗਾਇਆ ਜੀ ਤੇ ਸਾਡੀਆਂ ਦੁਆਵਾਂ ਨੇ ਜਿਵੇਂ ਤੁਸੀਂ ਪਹਿਲਾਂ ਤੋਂ ਵੀ ਜ਼ਿਆਦਾ ਤੋਂ ਜਿਹੜੇ ਤੁਹਾਡੇ ਗੀਤਾਂ ਨੂੰ ਦਰਸ਼ਕ ਪਿਆਰ ਦੇਣ ਦੇ ਵੀ ਰਹੇ ਨੇ ਜੀ ਤੇ ਪਹਿਲਾਂ ਵਾਂਗੂ ਯਾਨੀ ਕਿ ਜਿਹੜੇ ਤੁਹਾਡੇ ਨਾਲੇ ਤਾਂ ਹਾਲਾਤ ਵੀ ਸੁਧਰਨਾਂ ਜੀ ਤੇ ਤੁਹਾਡੀ ਤੁਹਾਡੇ ਰੂਹ ਦੀ ਖਰਾਕ ਹੈ ਉਹਦੇ ਨਾਲ ਨਾਲ ਤੁਹਾਡੇ ਸ਼ੌਂਕ ਵੀ ਪੂਰੇ ਹੁੰਦੇ ਨੇ ਹਾਂ ਹਾਲਾਤ ਤਾਂ ਸਾਡੇ ਸੁਧਰ ਜਾਣਗੇ ਮੈਂ ਫੇਰ ਦੁਬਾਰਾ ਸਰੋਤਿਆਂ ਨੂੰ ਬੇਨਤੀ ਕਰੂੰਗਾ ਵੀ ਸਾਨੂੰ ਕੰਮ ਜ਼ਰੂਰ ਦਿਓ ਜੀ ਉਹਦੇ ਨਾਲ ਨਾਲੇ ਅਸੀਂ ਲਾਲਚ ਲੱਗੇ ਰਹਾਂਗੇ ਨਾਲੇ ਸਿਆਣੇ ਕਹਿੰਦੇ ਵੀ ਬੰਦਾ ਤੁਰਦਾ ਫਿਰਦਾ ਚੰਗਾ ਲੰਦਾ ਜੀ ਹਾਂਜੀ ਹਾਂਜੀ ਨਾਲੇ ਸਿੰਗਰ ਘਰੇ ਨਹੀਂ ਨਾ ਬੈਠ ਸਕਦੇ ਇਹਨਾਂ ਦੇ ਦਿਲ ਤੱਕ ਬਾਹਰ ਹੀ ਲੱਗਦਾ ਹੈ ਘਰਦਿਆਂ ਦੇ ਘਟ ਹੁੰਦੇ ਆ ਜੇ ਸਰੋਤਿਆਂ ਦੇ ਜ਼ਿਆਦਾ ਹੁੰਦੇ ਨੇ ਸਿੰਗਰ ਤਾਂ ਤੁਹਾਨੂੰ ਪਤਾ ਹੀ ਇਹ ਦੀ ਰੋਦੀ ਖਰਾਕ ਆ ਪਬਲਿਕ ਦੇ ਹਾਂਜੀ ਕਿਉਂਕਿ ਸਿਆਣੇ ਕਹਿੰਦੇ ਆ ਸਰ ਤੇ ਜੀ ਕੰਮ ਮਿਲੇਗਾ ਤਾਂ ਹੀ ਆ ਜੀ ਸਾਡੀ ਸਰੋਤਿਆਂ ਦੀ ਬੇਨਤੀ ਹੈ ਕਿ ਅੱਛਾ ਗਾਉਂਦੇ ਨੇ ਵਧੀਆ ਦੇਖਿਆ ਵੀ ਆ ਤੇ ਕੋਈ ਸਮਾਂ ਚਲੋ ਕੋਈ ਗੱਲ ਨਹੀਂ ਫੇਰ ਸਾਡੀ ਤਾਂ ਬੇਨਤੀ ਹੀ ਆ ਕਿ ਸਾਰਿਆਂ ਨੂੰ ਰਲ ਮਿਲ ਕੇ ਕੰਮ ਦੇਣਗੇ ਸਾਰੇ ਉਹਨਾਂ ਨੂੰ ਵੀ ਕੰਮ ਦਿੰਦੇ ਆ ਥੋੜੇ ਪੈਸੇ ਦੀ ਕੋਈ ਗੱਲ ਨਹੀਂ ਪੈਸੇ ਇਹਨਾਂ ਨੂੰ ਭਲਾ ਘਾਟੀ ਦੇ ਦਿਓ ਪਰ ਘਟ ਤਾਂ ਕਿਉਂ ਵਾਧੀ ਦਿਓ ਤਾਂ ਹੀ ਸਪੋਰਟ ਹੋਵੇਗੀ ਤੇ ਅੱਛਾ ਕੰਮ ਕਰਨਗੇ ਕਰਦੇ ਵੀ ਵਧੀਆ ਕਿਉਂਕਿ ਸਰੋਤਿਆਂ ਨੇ ਵੇਖਿਆ ਹੀ ਕੰਮ ਤਾਂ ਸਾਡਾ ਤੇ ਸਾਡੀ ਬੇਨਤੀ ਹੈ ਕੰਮ ਵਧਿਆ ਦਿਨ ਬਾਜ ਸਿੰਘ ਬਾਜ ਨੂੰ ਹੋਰ ਉੱਪਰ ਚੱਕਣ ਦੀ ਕੋਸ਼ਿਸ਼ ਕਰਨ ਹਾਂਜੀ ਹਾਂਜੀ ਤੇ ਦੋਸਤੋ ਤੁਸੀਂ ਗੱਲਾਂ ਬਾਤਾਂ ਸੋਹਣੇ ਲਈਆਂ ਹਨ ਇਹ ਦੋਨਾਂ ਸੁਖਵਿੰਦਰ ਸੁਖੀ ਜੀ ਦੀਆਂ ਵੀ ਤੇ ਬਾਜ ਸਿੰਘ ਬਾਜ ਦੀਆਂ ਵੀ ਤੇ ਬਾਕੀ ਤੁਸੀਂ ਹਰ ਕਾਪਾਂ ਦੇ ਵਿਆਹ ਦੇ ਵਿੱਚ ਗੀਤ ਵਜਦਾ ਵੀ ਹੈ ਤੇ ਵਜਦਾ ਵੀ ਰਹਿਣਾ ਹੈ ਨਾ ਜਿਹੜਾ ਪਿਛਲੇ 20-21 ਸਾਲਾਂ ਤੋਂ ਵਜੀ ਜਾਂਦਾ ਹੈ ਪਰ ਹੁਣ ਸਾਡੀ ਇੱਕ ਬੇਨਤੀ ਹੈ ਕਿ ਤੁਸੀਂ ਯਾਨੀ ਕਿ ਪਹਿਲਾਂ ਤਾਂ ਬਾਈ ਨੂੰ ਸ਼ਾਇਦ ਬਹੁਤ ਸਾਰੇ ਦਰਸ਼ਕ ਜਾਣਦੇ ਵੀ ਨਹੀਂ ਸੀ ਹੁਣ ਪਿਛਲੇ ਦਿਨਾਂ ਤੋਂ ਇੰਟਰਵਿਊਆਂ 'ਚ ਬਾਈ ਦੀ ਪਛਾਣ ਵੀ ਹੋਈ ਹੈ ਤੇ ਅੱਜ ਤੁਹਾਨੂੰ ਸੁਖਵਿੰਦਰ ਸੁਖੀ ਜੀ ਦੇ ਰੂਬਰੂ ਵੀ ਕਰਵਾਤਾ ਹੈ ਤੇ ਹੁਣ ਸਾਡੀ ਇਹ ਬੇਨਤੀ ਹੈ ਕਿ ਤੁਸੀਂ ਇਕੱਲਾ ਗਾਣਾ ਨਹੀਂ ਵਜਾਉਣਾ ਤੁਸੀਂ ਇਹਨਾਂ ਨੂੰ ਸਿੱਧਾ ਲਾਈਵ ਬੁਲਾ ਕੇ ਗਵਾਓ ਤੇ ਨਾਲੇ ਇਹਨਾਂ ਦਾ ਵੀ ਖਰਚਾ ਪਾਣੀ ਚੱਲੇ ਘਰ ਚੱਲੇ ਤੇ ਨਾਲੇ ਆਪਣਾ ਮਨੋਰੰਜਨ ਵੀ ਹੋਏ ਹਾਂਜੀ ਬਾਜਬਾਈ ਇਸਤ ਬਣਾ ਜਾਣ ਜਾਂਦੇ ਕੋਈ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹੋਗੇ ਜੀ ਸੁਨੇਹਾ ਇਹੀ ਹੈ ਜੀ ਵੀ ਤੇ ਮੈਂ ਕੀ ਸੁਨੇਹਾ ਮੈਂ ਸੁਨੇਹਾ ਹਾਜੇ ਦੇਣਗੇ ਜੀ ਸੁਨੇਹਾ ਸਾਡੇ ਇਸਤ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਢੇਰ ਸਾਰਾ ਪਿਆਰ ਦਿੱਤਾ ਇਹਨਾਂ ਦਾ ਸਾਥ ਦਿੱਤਾ ਬਾਹਰ ਫੌਰਮ ਤੋਂ ਕੈਨੇਡਾ ਅਮਰੀਕਾ ਤੋਂ ਬਹੁਤ ਫੋਨ ਆਉਂਦੇ ਨੇ ਇਹਨਾਂ ਨੂੰ ਇਹਨਾਂ ਦੀ ਮਦਦ ਵੀ ਕੀਤੀ ਗਈ ਹੈ ਹੁਣ ਵੀ ਸਾਡੀ ਇਹ ਬੇਨਤੀ ਹੈ ਕਿ ਇਹਨਾਂ ਦੀ ਪੂਰ ਮਦਦ ਕੀਤੀ ਜਾਵੇ ਇਹ ਸਾਡੀ ਬੇਨਤੀ ਹੈ ਜੀ ਤੁਹਾਨੂੰ। ਹਾਂਜੀ ਬਾਈ ਬਾਈ ਬਈ ਇਸ ਤੋਂ ਬਾਅਦ ਹੁਣ ਜਿਵੇਂ ਆਪਣੇ ਪ੍ਰੋਗਰਾਮਾਂ ਦੀ ਗੱਲ ਹੈ ਤੁਸੀਂ ਨਵੇਂ ਟਰੈਕ ਵੀ ਕਰ ਰਹੇ ਹੋ ਨਾ ਜਿਵੇਂ ਆਪਾਂ ਪ੍ਰੋਗਰਾਮਾਂ ਦੀ ਗੱਲ ਕੀਤੀ ਤੇ ਪ੍ਰੋਗਰਾਮਾਂ ਵਾਸਤੇ ਜੇ ਤੁਹਾਨੂੰ ਕਿਸੇ ਨੇ ਕਨੈਕਟ ਕਰਨਾ ਹੋਵੇ ਤਾਂ ਆਪਣਾ ਨੰਬਰ ਜ਼ਰੂਰ ਬੋਲ ਦੇ। ਸਾਡਾ ਨੰਬਰ ਹੈ ਜੀ 98155 75449 98155 75449 ਹਾਂਜੀ ਹਾਂਜੀ ਬਹੁਤ ਬਾਈ ਜੀ ਤੁਸੀਂ ਸਾਡੇ ਵਾਸਤੇ ਸਮਾਂ ਕੱਢਿਆ ਜੀ ਇਹਦੇ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਸਤੇ ਤੁਹਾਡੇ ਨਾਲ ਗੱਲ ਕਰਕੇ ਜਾਂ ਤੁਹਾਡੇ ਗੀਤ ਸੁਣ ਸੁਣ ਕੇ ਮਨ ਨਹੀਂ ਭਰ ਰਿਹਾ। ਪਰ ਫਿਰ ਵੀ ਹਨਾ ਜੀ ਆਪਾਂ ਨੂੰ ਇੱਕ ਸੀਮਤ ਸਮਾਂ ਉਹਦੇ ਅਨੁਸਾਰ ਮੁਲਾਕਾਤ ਮਕਉਣੀ ਪਊਗੀ ਤੇ ਅਮੀ ਮਹਾਰਾਜ ਨੇ ਵਕਤ ਦਿੱਤਾ ਤਾਂ ਦੁਬਾਰਾ ਵੀ ਤੁਹਾਨਾਂ ਨਾਲ ਗੱਲਬਾਤ ਕਰਾਂਗੇ ਜੀ ਤੁਸੀਂ ਸਾਡੇ ਲਈ ਸਮਾਂ ਕੱਟਿਆ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਧੰਨਵਾਦ ਜੀ ਤੁਹਾਡਾ ਦਰਸ਼ਨ ਦੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸਾਝ ਪੰਜਾਬ ਦੇ ਤੋਂ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਬਹੁਤ ਅੱਗੇ ਲਿਆਂਦਾ ਜੀ ਤੁਹਾਡੀ ਕਿਰਪਾ ਨਾਲ ਹੀ ਅਸੀਂ ਅੱਗੇ ਆ ਗਏ ਹਾਂ ਜੀ ਇਸ ਚੈਨਲ ਤੇ ਨਹੀਂ ਨਹੀਂ ਜੀ ਕਿਰਪਾ ਤਾਂ ਮਹਾਰਾਜ ਦੀ ਹੈ ਬਾਕੀ ਸਰੋਤਿਆਂ ਦੀ ਜਿਹੜੇ ਤੁਹਾਨੂੰ ਪਿਆਰ ਕਰਨ ਨਾਲ ਤੁਹਾਡੇ ਮੇਰੇ ਆਤਮਾ ਜੀ ਪਰਮਾਤਮਾ ਵਸਦਾ ਜੀ ਬ ਅਸ਼ੀਰਵਾਦ ਮਿਲਦਾ ਤੇ ਜਰੂਰ ਉਹ ਪਰਮਾਤਮਾ ਉਹ ਸੁਣਦਾ ਹੈ ਫਿਰ ਮੈਂ ਫਿਰ ਗੋਪੀ ਰਾਏ ਜੀ ਉਹਨਾਂ ਦੇ ਸਾਰੇ ਪਰਿਵਾਰ ਦਾ ਧੰਨਵਾਦ ਕਰਦਾ ਕਿ ਅੱਜ ਵੀ ਮੈਨੂੰ ਮੈਂ ਆਇਆ ਸੀ ਤੇ ਉਹਨਾਂ ਨੇ ਐਸਾ ਅਸ਼ੀਰਵਾਦ ਦਿੱਤਾ ਤੇ ਜਦੋਂ ਮੈਂ ਪਹਿਲੀ ਵਾਰੀ ਪਹਿਲਾਂ ਆਇਆ ਜੀ ਉਹਨਾਂ ਦੀ ਮੋਟਰ ਤੇ ਤੇ ਉਦੋਂ ਮੈਨੂੰ ਅਸ਼ੀਰਵਾਦ ਦਿੱਤਾ ਪਰ ਉਹ ਉਹਨਾਂ ਦੀਆਂ ਦੁਆਵਾਂ ਮੈਨੂੰ ਲੱਗਦੀਆਂ ਜੀ ਕਿਉਂਕਿ ਸਾਰੀ ਦੁਨੀਆ ਚ ਸਾਰੇ ਸਰੋਤਾਂ ਦਾ ਮੈਂ ਸ਼ੁਕਰਗੁਜ਼ਾਰ ਫਿਰ ਧੰਨਵਾਦ ਕਰਦਾ ਜਿਹੜੇ ਮੈਨੂੰ ਮੇਰੀ ਇੰਟਰਵਿਊ ਸੁਣ ਕੇ ਮੈਨੂੰ ਫੋਨ ਕਰਦੇ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂਜੀ ਦੋਸਤੋ ਇਹ ਸਨ ਸਾਡੇ ਬਾਈ ਬਾਜ ਸਿੰਘ ਬਾਜ ਤੇ ਸੁਖਵਿੰਦਰ ਸੁਖੀ ਜੀ ਜਿਨ੍ਹਾਂ ਦੇ ਗੀਤ ਨੂੰ ਤੁਸੀਂ ਲੰਮੇ ਸਮੇਂ ਤੋਂ ਪਿਆਰ ਦਿੰਦੇ ਆ ਰਹੇ ਹੋ ਤੇ ਉਮੀਦ ਕਰਦੇ ਆ ਹੁਣ ਨਾਲ ਇਹਨਾਂ ਦੇ ਗੀਤਾਂ ਨੂੰ ਵੀ ਇਦਾਂ ਹੀ ਪਿਆਰ ਦੋਗੇ ਇਦਾਂ ਦੀ ਕਿਸੇ ਸਖਸ਼ਿਤ ਨੂੰ ਲੈ ਕੇ ਤੁਹਾਡੇ ਬਹੁਤ ਜਲਦੀ ਰੂਬਰੂ ਹੋਣੇ ਆ ਉਹ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ